ਖੋ ਕੇ ਜੀਵਾਂ ਦਾ ਤੇ 68ਾਂ ਤੀਰਥਾਂ ਤੇ ਇਸ਼ਨਾਨ ਕਰਦਾ 68ਾਂ ਤੀਰਥਾਂ ਤੇ ਬ੍ਰਾਹਮਣ ਨਹਾਵੇ ਨਹਾਉਂਦਾ 88 ਤੀਰਥੇ ਇਸ਼ਨਾਨ ਕਰਦਾ ਕਿ ਮੈਂ ਪਵਿੱਤਰ ਹੋ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿ ਸਾਰਿਆਂ ਦਾ ਹੱਕ ਖੋ ਕੇ ਤੂੰ ਕੱਲਾ ਹੀ ਖਾ ਗਿਆ ਤੇ ਅਜੇ ਕਿੰਨਾ ਮੈਂ ਪਵਿੱਤਰ ਹੋ ਗਿਆ 68 ਤੀਰਥਾਂ ਤੇ ਇਸ਼ਨਾਨ ਕਰਕੇ ਪਵਿੱਤਰ ਨਹੀਂ ਹੋਈਦਾ ਉਹਦੇ ਵਾਸਤੇ ਚੰਗ ਕਰਮ ਚੰਗੇ ਕਰਨੇ ਪੈਂਦੇ ਬ੍ਰਾਹਮਣ ਨਹਾਵੇ ਜੀਂਆਂ ਖਾਏ ਤੇ 68 ਤੀਰਥਾਂ ਤੇ ਇਸ਼ਨਾਨ ਕਰਦਾ ਤੇ ਹੱਕ ਸਾਰੇ ਨੂੰ ਕੁਸ਼ੂਦਰ ਕਹਿਆ ਕਿ ਤੇ ਉਹਨਾਂ ਦੇ ਹੱਕੀ ਖੋਲੀਦਾ ਸਭ ਕੁਝ ਖਾ ਲਿੰਦਾ ਉਹਨਾਂ ਜੋਗੀ ਜੋਗਤ ਨਾ ਜਾਣੇ ਅੰਧ ਤੀਸਰੇ ਨੰਬਰ ਤੇ ਧਾਰਮਿਕ ਆਗੂ ਜਿਹੜਾ ਸੀ ਉਹ ਜੋਗੀ ਸੀ ਤੇ ਜੋਗੀ ਜਿਹੜੇ ਸੀ ਉਹ ਵਹਿਗੇ ਜਾ ਕੇ ਉਹ ਪਹਾੜਾਂ ਦੇ ਉੱਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਤੁਸੀਂ ਤਾਂ ਪਰਜਾਂ ਨੂੰ ਸੇਧ ਦੇਣੀ ਸੀ ਉਹਨਾਂ ਦੇ ਬਣਦੇ ਹੱਕ ਦੇਣੇ ਸੀ ਉਹਨਾਂ ਦਾ ਭਲਾ ਕਰਨਾ ਸੀ ਚੰਗੇ ਰਸਤੇ ਪਾਉਣਾ ਸੀ ਪਰ ਤੁਸੀਂ ਤੇ ਆਪ ਹੀ ਹੰਕਾਰ ਵਿੱਚ ਜਾ ਕੇ ਪਰਬਤਾਂ ਤੇ ਜਾ ਕੇ ਬੈਠ ਗਏ ਤੇ ਤੁਸੀਂ ਕਿਹਾ ਵੀ ਗ੍ਰਿਸ਼ਟੀ ਧਰਮ ਜਿਹੜਾ ਬਹੁਤ ਮਾੜਾ ਇਸਤਰੀ ਜਾਤੀ ਨੂੰ ਬਹੁਤ ਨਫ਼ਰਤ ਕੀਤੀ ਹੈ ਇਹ ਤਾਂ ਨਰਕਾਂ ਦੇ ਅਧਿਕਾਰੀ ਹੈ ਇਹ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਰਾਬਰਤਾ ਦਿੱਤੀ ਹਾ ਦਾ ਨਾਰਾ ਇਸਤਰੀ ਜਾਤੀ ਦੇ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਜਿਹੜੇ ਸੂਰਮਿਆਂ ਨੂੰ ਗੁਰੂ ਸਾਹਿਬਾਂ ਨੂੰ ਭਗਤਾਂ ਨੂੰ ਜਨਮ ਦੇਣ ਵਾਲੀ ਉਹਨੂੰ ਕਿਉ ਮੰਦਾ ਕਹਿੰਦੇ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸਤਰੀ ਜਾਤੀ ਨੂੰ ਬਰਾਬਰਤਾ ਬਖਸ਼ਿਸ਼ ਕੀਤੀ ਨਹੀਂ ਤੇ ਬਰਾਬਰਤਾ ਨਹੀਂ ਸੀ ਮਿਲਦੀ ਐਸੇ ਹਾਲਾਤ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਆਏ ਕਿ ਸਭਨਾਂ ਨੂੰ ਬਰਾਬਰਤਾ ਦੇਣੀ ਸਭਨਾਂ ਦੇ ਹੱਕ ਦੇਣੇ ਤੇ ਸਭਨਾਂ ਨੂੰ ਉਸ ਇੱਕ ਨਾਲ ਜੋੜਨਾ ਇੱਕ ਵਾਹਿਗੁਰੂ ਨਾਲ ਜੋੜਨਾ ਜਿਹੜੇ ਇੱਕ ਵਾਹਿਗੁਰੂ ਨਾਲ ਟੁੱਟੇ ਹੋਏ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ ਕਲ ਤਾਰਨ ਗੁਰੂ ਨਾਨਕ ਆਇਆ ਕਲਜੋਗੀ ਜੀਵਾਂ ਨੂੰ ਤਾਰਨ ਵਾਸਤੇ ਇੱਕ ਨਾਲ ਜੋੜਨ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਬਾਣੀ ਦੀ ਦਾਤ ਬਖਸ਼ੀ ਹੈ ਇਹ ਸਤ ਸੰਗਤ ਬਖਸ਼ੀ ਹੈ ਇਹ ਸੇਵਾ ਬਖਸ਼ੀ ਹੈ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਕਿਉਂਕਿ ਇਕੱਠੇ ਤਾਂ ਹੋਣ ਹੀ ਨਹੀਂ ਸੀ ਦਿੰਦੇ ਜਾਤਾਂ ਪਾਤਾਂ ਦੇ ਵਿੱਚ ਵੰਡੇ ਹੋਏ ਸੀ ਧਰਮਾਂ ਦੇ ਵਿੱਚ ਵੱਖ-ਵੱਖ ਧਰਮਾਂ ਦੇ ਵਿੱਚ ਵੰਡੇ ਹੋਏ ਲੋਕ ਸਨ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਭ ਨੂੰ ਇੱਕ ਕੀਤਾ ਇੱਕ ਆ ਬਾਣੀ ਇੱਕ ਗੁਰ ਇੱਕੋ ਸ਼ਬਦ ਵਿੱਚ ਆ ਸਭ ਥਾਵਾਂ ਤੇ ਜਾ ਕੇ ਗੁਰੂ ਸਾਹਿਬ ਜੀ ਨੇ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਤਨ ਗੁਰੂ ਨਾਨਕ ਦੇਵ ਜੀ ਮਹਾਰਾ ਸਭ ਥਾਵਾਂ ਤੇ ਗਏ ਤੇ ਸਭ ਥਾਵਾਂ ਤੇ ਜਾ ਜਾ ਕੇ ਸਭਨਾਂ ਨੂੰ ਭਾਵੇਂ ਕੌਡੇ ਰਕਸ਼ ਵਰਗੇ ਛੱਜਣ ਠੱਗ ਵਰਗੇ ਵਲੀ ਕੰਧਾਰੀ ਵਰਗੇ ਮਲਕ ਭਾਗੋ ਵਰਗੇ ਬਹੁਤ ਪਾਪੀ ਲੋਕ ਬੈਠੇ ਸੀ ਪਰ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਗਾਲ ਵਕੜੀ ਚ ਲਿਆ ਸਭਨਾਂ ਨੂੰ ਪ੍ਰੇਮ ਦਿੱਤਾ ਪ੍ਰੇਮ ਦੇ ਨਾਲ ਸਮਝਾਇਆ ਤੇ ਸਮਝ ਗਏ ਬਾਣੀ ਨਾਲ ਸਮਝਾਇਆ ਇੱਕ ਇੱਕ ਬਾਣੀ ਦਾ ਸ਼ਬਦ ਇਹ ਦਿੱਤਾ ਤੇ ਇੱਕ ਇੱਕ ਬਾਣੀ ਦਾ ਸ਼ਬਦ ਦੇ ਕੇ ਤੇ ਉਹਨਾਂ ਸੱਜਣ ਠੱਗ ਵਰਗੇ ਸੱਜਣ ਸੰਤ ਬਣ ਜਾਂਦੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸੰਨ ਗੁਰੂ ਸਾਹਿਬ ਜੀ ਨੇ ਕਿਹਾ ਕਿੱਥੇ ਭਟਕਦੇ ਫਿਰਦੇ ਹੋ ਇਹ ਮਨੁੱਖ ਜਨਮ ਮਿਲਿਆ ਬੰਦਗੀ ਵਾਸਤੇ ਇੱਥੇ ਕੀਤੇ ਕਰਮਾਂ ਦਾ ਹਿਸਾਬ ਦਿੱਤਾ ਜਾਣਾ ਗਲਵੱਕੜੀ ਵਿੱਚ ਲੈ ਕੇ ਬਾਣੀ ਦੇ ਦਲ ਜਦੋਂ ਉਪਦੇਸ਼ ਦਿੱਤਾ ਬਾਣੀ ਰਾਹੀ ਤਾਂ ਸਮਝ ਗਏ ਸਨ ਠੱਗ ਜਿਹੜੇ ਉਹ ਸੰਤ ਬਣ ਜਾਂਦੇ ਨੇ ਐਸੀ ਕਿਰਪਾ ਗੁਰੂ ਸਾਹਿਬ ਜੀ ਨੇ ਵਿਚਰ ਕੇ ਸਭ ਥਾਵਾਂ ਤੇ ਕੀਤੀ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਜਿਹੜੀ ਸਿੱਖੀ ਦੀ ਨੀਂਹ ਰੱਖੀ ਸੀ ਨਾ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਫਿਰ ਉਹਨੂੰ ਸੰਪੂਰਨਤਾ ਬਖਸ਼ਿਸ਼ ਕਰਦੇ ਆ ਨੀਂਹ ਬਹੁਤ ਪੱਕੀ ਆ ਜੀ ਸੰਪੂਰਨਤਾ ਬਖਸ਼ਿਸ਼ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਫਰਖੰਡੇ ਦੀ ਪੌਲ ਛਕਾ ਕੇ ਦੇਖੋ ਇਕੱਠਿਆਂ ਕਰਨਾ ਹੀ ਔਖਾ ਸੀ ਤੁਸੀਂ ਸਿਆਣੇ ਬੈਠੇ ਹੋ ਇੱਕ ਮੈਂ ਐਗਜ਼ੈਂਪਲ ਦੇਵਾਂ ਫਸਲ ਬੀਜਣ ਤੋਂ ਪਹਿਲਾਂ ਜ਼ਮੀਨ ਤਿਆਰ ਕਰਨੀ ਪੈਂਦੀ ਹੈ ਜ਼ਮੀਨ ਤਿਆਰ ਕਰਨ ਲੱਗਿਆਂ ਸਮਾਂ ਲੱਗਦਾ ਹੈ ਬੀਜ ਬੀਜਣ ਲੱਗਿਆਂ ਸਮਾਂ ਨਹੀਂ ਲੱਗਦਾ ਜੇ ਜ਼ਮੀਨ ਤਿਆਰ ਹੈ ਖੇਤ ਤਿਆਰ ਹੈ ਤੇ ਹੁਣ ਤਾਂ ਡ੍ਰਿਲ 40 50 ਕੇ ਲਈ ਇੱਕ ਟਰੈਕਟਰ ਇੱਕ ਦਿਨ ਚ ਬੀਜ ਦੇ ਦਿੰਦਾ ਜ਼ਮੀਨ ਤਿਆਰ ਕਰ ਲੰਗਾ ਸਮਾਂ ਲੱਗਣਾ ਜੀ ਬੀਜ ਪਾਉਣਾ ਉਹਦੇ ਵਾਸਤੇ ਖੇਤ ਤਿਆਰ ਚਾਹੀਦਾ ਬੱਤਰ ਚਾਹੀਦਾ ਰੁੱਤ ਚਾਹੀਦੀ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਇਹ ਸਿੱਖੀ ਦਾ ਖੇਤ ਤਿਆਰ ਹੋਇਆ ਇਹ ਜੜ ਤਾਂ ਹੀ ਪੱਕੀ ਹੈ ਨਾ ਢੂੰਗੀ ਹੈ ਇਹ ਇਹ ਸਿਰ ਦੇ ਦੇ ਕੇ ਇਹ 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 ਨਹੀਂ ਰੱਖੀ ਗਈ ਹੈ ਇਹ ਸੱਚ ਨਾਲ ਜੋੜ ਜੋੜ ਕੇ ਨਹੀਂ ਰੱਖੀ ਗਈ ਹੈ ਇਹ ਧਰਮ ਦੀ ਨਹੀਂ ਹੈ ਪੱਕੀ ਨਹੀਂ ਹੈ ਇਹ ਸੌਖੀ ਨਹੀਂ ਹੈ ਕੱਚੀ ਨਹੀਂ ਕੋ ਪੁੱਟ ਐਵੇਂ ਫੁੱਟੀ ਜਾਗੀ ਜਿੰਨੇ ਝਖੜ ਸਿੱਖ ਕੌਮ ਦੇ ਉੱਪਰ ਝੱਲੇ ਝੁੱਲੇ ਕਿਉਂਕਿ ਬੜੇ ਬੜੇ ਹਮਲਾਵਾਰ ਬੜੜ ਦੇ ਜਿਹੜੇ بڑے بڑے ਤਕੜੇ ਹਮਲਾਵਾਰ ਸੀ ਨਾ ਜਿਹੜੇ بڑے بڑے ਤਕੜੇ ਜਰਨੈਲ ਸੀ ڈاکੂ ਸੀ ਜਿਹੜੇ ਉਹਨਾਂ ਸਾਰਿਆਂ ਨੇ ਜੋਰ ਲਾ ਲਿਆ ਆਣ ਕੇ ਇੱਥੇ ਸਿੱਖ ਕੌਮ ਨੂੰ ਖਤਰਮ ਕਰਨ ਵਾਸਤੇ ਅਬਦਾਲੀ ਵਰਗੇ ਨਾਦਰ ਸ਼ਾਹ ਵਰਗ ਕਿਨੇ ਆਏ ਜਕਰੀਏ ਖਾਨ ਵਰਗੇ ਕਹਿੰਦੇ ਸੀ ਕਿ ਸਿੱਖ ਧਰਮ ਦੀ ਨੀਂਹ ਪੁੱਟਣੀ ਇਹਨੂੰ ਖਤਮ ਕਰਨਾ ਸਿੱਖ ਰਹਿਣ ਹੀ ਨਹੀਂ ਦੇਣਾ 17ਵੀਂ 18ਵੀਂ ਸਦੀ ਦਾ ਇਤਿਹਾਸ ਪੜੋ ਤੁਸੀਂ ਕਿਨੇ ਆਏ ਨੀ ਪੱਕੀ ਹੈ ਨਹੀਂ ਕਿੱਥੇ ਰੱਖੀ ਗਈ ਹੈ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਇਹ ਇਹਦਾ ਸਿੱਖੀ ਦਾ ਖੇਤ ਹੀ ਤਿਆਰ ਹੋਇਆ ਸਭ ਨੂੰ ਇੱਕ ਕੀਤਾ ਗੁਰੂ ਸਾਹਿਬਾਂ ਨੇ ਨਹੀਂ ਤਾਂ ਬ੍ਰਾਹਮਣ ਦੇ ਲਾਗੇ ਸ਼ੂਦਰ ਕਿੱਥੇ ਆਉਂਦਾ ਸੀ ਹੋਣੀ ਨਹੀਂ ਸੀ ਦਿੰਦੇ ਸ਼ੂਦਰ ਜਿਹੜਾ ਸੀ ਇਹ ਬ੍ਰਾਹਮਣ ਦੇ ਨੇੜੇ ਨਹੀਂ ਆ ਸਕਦਾ ਇਹ ਪਿੰਡ ਦੇ ਖੂਹ ਤੋਂ ਪਾਣੀ ਨਹੀਂ ਪਰ ਸਕਦਾ ਪਿੰਡ ਦੇ ਵਿਦਿਆਲੇ ਵਿੱਚ ਇਹਦੇ ਬੱਚੇ ਨਹੀਂ ਪੜ ਸਕਦੇ ਹੱਕ ਖੋ ਲਈ ਸੀ ਸਾਰੇ ਇਹ ਤਾਂ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸਭਨਾਂ ਨੂੰ ਬਾਣੀ ਰਾਹੀਂ ਉਪਦੇਸ਼ ਦੇ ਦੇ ਕੇ ਦੇ ਦੇ ਕੇ ਇੱਕ ਕਰ ਲਿਆ ਤੇ ਦੇਖੋ ਫਿਰ ਇਸ ਪ੍ਰਚਾਰ ਦਾ ਸਿੱਟਾ ਕੀ ਨਿਕਲਿਆ ਅਸਰ ਕੀ ਹੋਇਆ ਜਿਹੜਾ ਨਾ ਉਹ ਗੁਰੂ ਸਾਹਿਬਾਂ ਨੇ ਪ੍ਰਚਾਰ ਕੀਤਾ ਉਪਦੇਸ਼ ਦਿੱਤਾ ਮਨੁੱਖਤਾ ਨੂੰ 1699 ਦੀ ਵਿਸਾਖੀ ਵਾਲੇ ਦਿਨ ਜਿਹੜੇ ਕਤੇ ਇਹ ਚਾਰ ਵਰਨ ਇਕੱਠੇ ਨਹੀਂ ਸੀ ਹੋ ਸਕਦੇ ਇੱਕ ਦੂਜੇ ਨਾਲ ਬੈਠ ਕੇ ਖਾਣਾ ਪੀਣਾ ਤਾਂ ਬੜੀ ਦੂਰ ਦੀ ਗੱਲ ਸੀ ਨੇੜੇ ਨਹੀਂ ਸੀ ਆ ਸਕਦੇ ਇੱਕ ਦੂਸਰੇ ਐਨੇ ਵਿਤਕਰੇ ਸੀ ਇਹਨਾਂ ਵੈਰ ਵਿਰੋਧ ਸੀ ਐਨੀ ਈਰਖਾ ਨਫ਼ਰਤ ਪੈਦਾ ਕੀਤੀ ਗਈ ਸੀ ਵਰਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਦਾ ਪ੍ਰਕਾਸ਼ ਗੁਰਪੁਰਬ ਤੁਸੀਂ ਮਨਾ ਰਹੇ ਹੋ। ਤੁਮ ਹੋ ਸਭ ਰਾਜਨ ਕੇ ਰਾਜਾ ਜਿੱਥੇ ਤੁਸੀਂ ਸਭ ਰਾਜਿਆਂ ਤੋਂ ਸਭ ਤੋਂ ਵੱਡੇ ਰਾਜੇ ਹੋ। ਤੁਹਾਡੇ ਵਰਗਾ ਕੋਈ ਰਾਜਾ ਨਹੀਂ ਦੁਨੀਆ 'ਚ। ਨਾ ਪਹਿਲਾਂ ਨਾ ਹੁਣ ਨਾ ਗਾਣ ਹੋਵੇਗਾ ਕੋਈ ਇਹੋ ਜਿਹਾ ਰਾਜਾ ਨਹੀਂ ਹੋਣਾ। ਇੱਕੋ ਹੀ ਹੋਵੇ। ਤੁਮ ਹੋ ਸਭ ਰਾਜਨ ਕੇ ਰਾਜਾ ਕਿਉਂਕਿ ਬਾਣੀ ਨੇ ਕਹਿ ਦਿੱਤਾ ਹੈ। ਜਿੱਥੇ ਸਭ ਤੋਂ ਵੱਡੇ ਤੁਸੀਂ ਰਾਜੇ ਹੋ ਉੱਥੇ ਨਾਲ ਕੀ ਕਹਿੰਦੇ ਨੇ ਆਪੇ ਆਪ ਗਰੀਬ ਨਿਵਾਜਾ ਜਿਹੜੇ ਰਾਜੇ ਹੁੰਦੇ ਸੀ ਨਾ ਜਾਂ ਹੈ ਉਹ ਗਰੀਬ ਦਾ ਭਲਾ ਨਹੀਂ ਸੋਚਦੇ ਉਹ ਗਰੀਬ ਨਾਲ ਨਹੀਂ ਬੈਠਦੇ ਆ ਤੁਸੀਂ ਹੁਣ ਦੀ ਗੱਲ ਕਰ ਲੋ ਜਿਹੜਾ ਸੰਘਰਸ਼ ਆਪਣਾ ਚੱਲ ਰਿਹਾ ਹੈ ਅੰਦੋਲਨ ਚੱਲ ਰਿਹਾ ਦਿੱਲੀ ਦੀ ਧਰਤੀ ਤੇ ਬਹੁਤੀ ਦੂਰ ਕੋ ਜਾਂਦੇ ਮੌਕੇ ਦੀ ਗੱਲ ਕਰੋ ਸਮੇਤ ਰਾਜਾ ਬੈਠ ਗਿਆ ਨਾ ਬਾਨੀਆਂ ਡਾਡੀਆਂ ਨਾਲ ਹੱਕ ਖੋਲੇ ਤੁਹਾਡੇ ਇਹ ਸ਼ੁਰੂ ਤੋਂ ਹੁੰਦਾ ਆ ਇਹਦਾ ਇਹ ਹੁਣ ਨਹੀਂ ਕਿ ਇਤਿਹਾਸ ਇਹ ਸ਼ੁਰੂ ਤੋਂ ਹੁੰਦਾ ਹੀ ਦਾ ਹੈ ਰਾਜਾ ਕਤੇ ਗਰੀਬ ਦਾ ਨਹੀਂ ਬਣਿਆ ਬੜਿਆ ਤਾਂ ਦੱਸੋ ਅਮੀਰਾਂ ਦਾ ਬਣਿਆ ਨਾ ਜਨਤਾ ਨੇ ਸੋਚਿਆ ਸਿਆਦ ਵੀ ਸਾਡੇ ਗਰੀਬਾਂ ਦਾ ਕੋਈ ਮਿਲੂਗਾ ਪਰ ਨਹੀਂ ਹੋਤਾ ਬੈਠ ਗਿਆ ਸਵਦਾ ਕਰਕੇ ਅਮੀਰਾਂ ਨਾਲ ਜਿਹੜੀ ਤੁਹਾਡੇ 2 2 4 4 ਤੇ ਕਿਲੇ ਉਹ ਵੀ ਹੜੱਪਾ ਨੂੰ ਫਿਰਦੇ ਆ ਉਹ ਵੀ ਖੋ ਨੂੰ ਫਿਰਦੇ ਤੁਹਾਡੇ ਹੱਕ ਵੀ ਖੋਲੇ ਭਾਰਤ ਵਰਸ਼ ਦੇ ਮੈਂ ਵਾਰ-ਵਾਰ ਕਹਿੰਨਾ ਕਿ 135 ਕਰੋੜ ਵਰਸ ਲੋਕਾਂ ਦੇ ਹੱਕ ਖੋਏ ਅੱਜ ਸਮੇਂ ਦੀ ਮੋਦੀ ਸਰਕਾਰ ਨੇ ਕੋਈ ਸ਼ੱਕ ਨਹੀਂ ਇੱਥੇ ਇਸੇ ਤਰ੍ਹਾਂ ਹੋਇਆ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਥੇ ਰਾਜਿਆਂ ਦੇ ਰਾਜੇ ਨੇ ਉੱਥੇ ਗਰੀਬਾਂ ਨੂੰ ਨਿਵਾਜਣ ਵਾਲੇ ਨੇ ਆਖੋ ਸਤਨਾਮ ਆਹ ਫਰਕ ਉੱਥੇ ਜੇ ਵਿਚਾਰਾ ਗਰੀਬ ਮਲਾਹ ਜਿਹੜਾ ਆਉਂਦੇ ਜਾਂਦੇ ਰਾਈਆਂ ਨੂੰ ਪਾਰ ਲੰਘਾ ਕੇ ਸੱਤ ਲੋਜ ਲਿਆ ਤੁਜੇ ਦਾ ਗੁਜ਼ਾਰਾ ਚੱਲਦਾ ਸੀ ਉਹ ਜਿਹਦੀ ਵੇੜੀ ਬਹੁਤ ਟੁੱਟੀ ਜੀ ਵੇੜੀ ਹੈ ਉਹ ਵੀ ਕਿਤੇ ਆਸ ਰੱਖੀ ਬੈਠਾ ਕਲਗੀਧਰ ਪਾਤਸ਼ਾਹ ਤੇ ਇਧਰ ਤੋਂ ਵਿਚਰਨ ਪਾ ਦੇ ਇੱਕ ਵਾਰੀ ਉਹਦੀ ਭਾਵਨਾ ਨੂੰ ਦੇਖ ਕੇ ਗੁਰੂ ਸਾਹਿਬ ਜੀ ਬਿਨਾਂ ਦੱਸੇ ਉੱਥੇ ਜਾ ਕੇ ਉਹਦੀ 베ੜੀ 'ਚ ਬੈਠ ਜਾਂਦੇ। ਨਿੱਕਲ ਗਈ ਤਰਪਾਛ ਨੂੰ ਕਦੇ 베ੜੀਆਂ ਦਾ ਘਟਾ। ਗਰੀਬਨ ਆਵਾਜ਼ ਹਨ, ਗਰੀਬਾਂ ਨੂੰ ਨਵਾਜਦੇ ਨੇ। ਤੇ ਗੁਰੂ ਸਾਹਿਬ ਜੀ ਜਦੋਂ ਉਹ 베ੜੀ 'ਚ ਜਾ ਕੇ ਬੈਠ ਗਏ ਜਿਹੜਾ ਕਹਿੰਦਾ ਸੀ ਕਿੱਥੇ ਆ ਸਕਦੇ ਨੇ। ਆਗੇ ਉਹ ਤਾਂ ਭਾਵਨਾ ਬਣਾਵੇ ਕੋਈ ਸ਼ਰਧਾ ਤੇ ਬਣਾਵੇ, ਉਹ ਤੇ ਹਾਜ਼ਰ ਹੈ। ਬਦੂਰ ਥੋੜਾ ਕਿਤੇ ਉਹ ਤੇ ਹਾਜ਼ਰ ਨੇ ਸੱਦ ਹਜੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਪਾਇਓ ਦਰੇ ਪਰ ਸਾਡੀ ਭਾਵਨਾ ਤੇ ਬਣੇ ਸਾਡੀ ਸ਼ਰਧਾ ਤੇ ਬਣੇ ਕਿੰਦੇ ਵਿੱਚ ਚਲ ਵਿਪਾਰ ਕਰ ਬਾਹਰ ਕਰਕੇ ਜਦ ਗੁਰੂ ਸਾਹਿਬ ਜੀ ਕੋਸ਼ ਉਹਨੂੰ ਆਰਥਿਕ ਪੱਖ ਤੋਂ ਵੀ ਗਰੀਬ ਸੀ ਮੋਹਰਾਂ ਦੇਣ ਲੱਗੇ ਕਿਉਂਕਿ ਸਮਰੱਥ ਗੁਰੂ ਨੇ ਫਿਰ ਗਰੀਬੀ ਰਹਿਣ ਨਹੀਂ ਦਿੰਦੇ ਪਰ ਦੇਖੋ ਦੀ ਭਾਵਨਾ ਦੇਖੋ ਸ਼ਰਧਾ ਦੇਖੋ ਗੁਰੂ ਸਾਹਿਬ ਜੀ ਸੋਨੇ ਦੀਆਂ ਮੋਹਰਾਂ ਦੇਣ ਲੱਗੇ ਕਹਿੰਦਾ ਨਹੀਂ ਜੀ ਕਹਿੰਦਾ ਮੈਂ ਵੀ ਮਲਾਵਾਂ ਤੇ ਤੁਸੀਂ ਵੀ ਮਲਾਓ ਇਹ ਇਹ ਹੈ ਜਿਨ੍ਹਾਂ ਨੇ ਸਮਝਿਆ ਵੀ ਤੁਸੀਂ ਹੈ ਕੌਣ ਮੈਂ ਤੇ ਆ ਛੋਟਾ ਜਿਹਾ ਦਰਿਆ ਪਾਰ ਕਰਦਾ ਮਲਾਵੇੜੀ ਤੇ ਚੜਾ ਕੇ ਪਰ ਤੁਸੀਂ ਤਾਂ ਦੁੱਖਾਂ ਦਾ ਸਮੁੰਦਰ ਜਿਹੜਾ ਸੰਸਾਰ ਹੈ ਇਹ ਦੁੱਖਾਂ ਦੇ ਸਮੁੰਦਰ ਸੰਸਾਰ ਤੋਂ ਹੀ ਜੀਵ ਨੂੰ ਪਾਰ ਕਰ ਦਿੰਦੇ ਹੋ ਆਖੋ ਸਤਨਾਮ ਉਹ ਤਾਂ ਦੋ ਜਹਾਨ ਦਾ ਮਾਲਕ ਹੈ ਬਰਦੋ ਆਲਮਾ ਸ਼ਾ ਗੁਰੂ ਗੋਬਿੰਦ ਸਿੰਘ ਬਰਦੋ ਆਲਮ ਜੀ ਦੋ ਜਹਾਨ ਜਿਹੜਾ ਲੋਕ ਤੇ ਪਰਲੋਕ ਤੁਸੀਂ ਲੋਕ ਦੇ ਵੀ ਮਾਲਕ ਹੋ ਤੇ ਪਰਲੋਕ ਦੇ ਵੀ ਮਾਲਕ ਹੋ ਇੱਕ ਜਹਾਨ ਦੇ ਮਾਲਕ ਨਹੀਂ ਦੋਨਾਂ ਦੇ ਬਰਦੋ ਆਲਮ ਸ਼ਾ ਇਹਦਾ ਅਰਥ ਹੈ ਦੋ ਜਹਾਨ ਦੇ ਮਾਲਕ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਰਦੋ ਆਲਮ ਸ਼ਾ ਗੁਰੂ ਗੋਬਿੰਦ ਸਿੰਘ ਤੁਸੀਂ ਦੋ ਜਹਾਨ ਦੇ ਮਾਲਕ ਹੋ ਲੋਕ ਤੇ ਪ੍ਰਲੋਕ ਦੇ ਮਾਲਕ ਹੋ ਲੋਕ ਦੇ ਵੀ ਸੁੱਖ ਦੇਣ ਵਾਲੇ ਹੋ ਪ੍ਰਲੋਕ ਦੇ ਵੀ ਸੁੱਖ ਦੇਣ ਵਾਲਿਓ ਹਲਤ ਸੁਖ ਹਲਤ ਕਹਿੰਦੇ ਨੇ ਸਲੋਕ ਨੂੰ ਤੇ ਪਲਤ ਕਹਿੰਦੇ ਨੇ ਪ੍ਰਲੋਕ ਨੂੰ ਜਦੋਂ ਸਰੀਰ ਨਹੀਂ ਨਾਲ ਜਾਂਦਾ ਆਤਮਾ ਜਾਂਦੀ ਹੈ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿੱਟੀ ਹੀ ਕਮਾਣੀ ਪਾਪ ਚਰਾਣੀ ਸਾਧ ਸੰਗਤ ਮਿਲ ਮੂਆ ਜੀਜੈ ਸੰਗਤ ਵਿੱਚ ਜਿਹੜਾ ਗੁਰੂ ਘਰ ਆ ਜਾਂਦਾ ਹੈ ਗੁਰੂ ਦੀ ਛਰਨ ਵਿੱਚ ਆ ਜਾਂਦਾ ਹੈ ਉਹਨੂੰ ਦੋ ਜਹਾਨ ਦੇ ਸੁੱਖ ਮਿਲ ਜਾਂਦੇ ਨੇ ਆਖੋ ਸਤਨਾ ਵੇੰਤੀ ਕੀਤੀ ਸੱਚੇ ਫਤਿਹਸ਼ਾ ਮੈਂ ਵੀ ਮਿਲਾ ਤੇ ਤੁਸੀਂ ਵੀ ਮਿਲਾ ਕਿਰਪਾ ਕਰੋ ਅੱਜ ਮੇਰੇ ਘਰ ਤੇ ਆਇਓ ਇਹ ਕਿਰਪਾ ਕਰੋ ਇੱਕ ਦਿਨ ਮੈਨੂੰ ਵੀ ਤੁਹਾਡੇ ਘਾਟ ਤੇ ਜਾਣਾ ਪੈਣਾ ਜਦੋਂ ਸਵਾਸ ਮੁੱਕ ਜਾਣੇ ਹੈ ਕਿਰਪਾ ਕਰਕੇ ਜਦੋਂ ਮੈਂ ਤੁਹਾਡੇ ਘਾਟ ਤੇ ਆਵਾਂਗਾ ਕਿਰਪਾ ਕਰਕੇ ਮੈਨੂੰ ਇਹ ਦੁੱਖਾਂ ਦੇ ਸਮੁੰਦਰ ਤੋਂ ਪਾਰ ਕਰ ਦਿਓ ਆਖੋ ਸਤਨਾ ਆਇ ਸਰਦ ਭਾਵਨਾ ਕਿ ਦੋ ਜਹਾਨ ਦੇ ਮਾਲਕ ਹੋ ਤੁਸੀਂ ਤੇ ਆਹ ਗਰੀਬ ਅਨੇਵਾਜਾ ਗਰੀਬਾਂ ਨੂੰ ਵੀ ਨਵਾਜ ਦਿੰਦੇ ਸਵਰਥ ਬਣਾ ਦਿੰਦੇ ਨੇ ਐਸੀ ਕਿਰਪਾ ਕਰਨ ਵਾਲੇ ਨੇ ਰਾਜਾਨ ਰਾਜ ਪਾਨਾਨ ਭਾਨ دیਵਾਨ ਦੇਵ ਉਪਮਾ ਮਹਾਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਿਰਫ ਮਨੁੱਖਤਾ ਗਰੀਬ ਨੂੰ ਉੱਚਿਆਂ ਚੁੱਕਣ ਵਾਸਤੇ ਹਮ ਇਹ ਕਾਜ ਜਗਤ ਮੁਆਏ ਉਹਨਾਂ ਬਚਨ ਕੈ ਅਸੀਂ ਇਸ ਕਾਰਜ ਵਾਸਤੇ ਆਏ ਧਰਮ ਹੇਤ ਗੁਰ ਦੇਵ ਪਠਾਏ ਪ੍ਰਮਾਤਮਾ ਨੇ ਸਾਨੂੰ ਇੱਥੇ ਧਰਮ ਹੀ ਬਣਾਉਣ ਵਾਸਤੇ ਕਿਉਂਕਿ ਧਰਮ ਪੈਦਾ ਕਰਨ ਖਾਲਸੇ ਪੰਥ ਦੀ ਸਿਰਜਣਾ ਕਰਨੀ ਹੈ ਹਮ ਇਹ ਕਾਜ ਜਗਤਮੁ ਆਏ ਧਰਮ ਹੇਤ ਗੁਰਦੇਵ ਪਠਾਏ ਜਹਾਂ ਤਹਾਂ ਤੁਮ ਧਰਮ ਵਿਥਾਰੋ ਧਰਮ ਦਾ ਵਿਸਥਾਰ ਕਰਨਾ ਜਹਾਂ ਤਹਾਂ ਤੁਮ ਧਰਮ ਵਿਥਾਰੋ ਦੁਸ਼ਟ ਦੁਖੀਨ ਪਕਰ ਪਛਾਰੋ ਜਿਹੜੇ ਇੱਥੇ ਪਰਜਾ ਤੇ ਅਤਿਆਚਾਰ ਤੇ ਜ਼ੁਲਮ ਕਰਦੇ ਨੇ ਤੱਕਾ ਕਰਦੇ ਨੇ ਲੋਕਾਂ ਦਾ ਹੱਕ ਖੋਹ ਕੇ ਖਾ ਜਾਂਦੇ ਨੇ ਉਹਨਾਂ ਨੂੰ ਪਕੜਨਾ ਹੈ ਦੁਸ਼ਟ ਦੋਖੀਨ ਪਕਰ ਪਛਾਰੋ ਦੁਸ਼ਟ ਤੇ ਦੋਖੀ ਜਿਹੜੇ ਆ ਜਿਹੜੇ ਦੁਸ਼ਟ ਲੋਕ ਨੇ ਭੜੇ ਲੋਕ ਨੇ ਗਰੀਬਾਂ ਦਾ ਹੱਕ ਖੋਣ ਵਾਲੇ ਗਰੀਬਾਂ ਨੂੰ ਲਤਾੜਨ ਵਾਲੇ ਉਹਨਾਂ ਨੂੰ ਪਕੜਨਾ ਹੈ ਜਿਵੇਂ ਜ਼ਿੰਮੇਦਾਰ ਦੇਖਦਾ ਨਾ ਆਪਣੇ ਖੇਤ ਜਾ ਕੇ ਵੀ ਕੋਈ ਬਿਮਾਰੀ ਬੂਮਰੀ ਤੇ ਨਹੀਂ ਲੱਗੀ ਫਸਲ ਨੂੰ ਉਹ ਵੇਖਦਾ ਨਾ ਫਿਰ ਜਿਹੜੇ 2-4 ਬੂਟੇ ਜਿਨ੍ਹਾਂ ਨੂੰ ਬਿਮਾਰੀ ਲੱਗ ਜਾਂਦੀ ਉਹ ਮੁੱਢੋਂ ਹੀ ਪਟਕੇ ਲੈ ਜਾਂਦਾ ਕਿ ਵੀ ਇਹ ਸਾਰੇ ਖੇਤ ਨੂੰ ਖਰਾਬ ਕਰੂਗਾ ਇਹ ਗਵਾਂਡੀਆਂ ਦੇ ਖੇਤ ਤੱਕ ਵੀ ਬਿਮਾਰੀ ਇੱਕੋ ਤੋਂ ਫੈਲਦੀ ਹੈ ਨਾ ਫਿਰ ਸਾਰੇ ਜੇ ਕੰਟਰੋਲ ਨਾ ਹੋਵੇ ਉਹ ਬੂਟੇ ਮੁੱਢੋਂ ਪਟਕ ਲੈ ਜਾਂਦਾ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਇਹ ਬਿਮਾਰੀ ਲਾਉਣ ਵਾਲੀ ਨੇ ਸਾਰੀ ਪਰਜਾ ਸਾਰੇ ਦੇਸ਼ ਨੂੰ ਸਾਰੇ ਸਾਰੇ ਸੰਸਾਰ ਨੂੰ ਇਹ ਬੰਦੇ ਥੋੜੇ ਹੁੰਦੇ ਐ ਇਹਨਾਂ ਨੂੰ ਪਟੋ ਬਾਕੀ ਤਾਂ ਸਾਰੇ ਸੁਖੀ ਹੋਣਗੇ ਨਾ ਬਾਕੀ ਖੇਤ ਬਾਜੂ ਸਾਰੇ ਦੁਸ਼ਟ ਦੋਖੀਨ ਪਕਰ ਪਛਾਰੋ ਯਾਹੀ ਕਾਜ ਤਰਾ ਹਮ ਜਨਮੰ ਰੰਗ ਦੇ ਵਰਗੇ ਵਜੀਦੇ ਵਰਗੇ ਇੱਥੇ ਜਿਹੜੇ ਸੀ ਭੀਮਚੰਦ ਵਰਗੇ ਪਹਾੜੀ ਰਾਜੇ ਜਿਹੜੇ ਸੀ ਦੁਸ਼ਟ ਦੋਖੀਨ ਪਕਰ ਪਛਾਰੋ ਯਾਹੀ ਕਾਜ ਤਰਾ ਹਮ ਜਨਮੰ ਸਮਝ ਲੈ ਉਹ ਸਾਧੂ ਮਨ ਮਨ ਮੰਗ ਧਰਮ ਚਲਾਵਨ ਸੰਤ ਉਵਾਰਨ ਧਰਮ ਨੂੰ ਚਲਾਉਣਾ ਕਿਉਂਕਿ ਧਰਮ ਨਾਮ ਦੀ ਕੋਈ ਚੀਜ਼ ਧਰਮ ਪੰਖ ਕਰ ਉੱਡ ਰਿਆ ਧਰਮ ਤਾਂ ਖੰਭ ਲਾ ਕੇ ਉੱਡ ਗਿਆ ਧਰਮ ਨਾਮ ਦੀ ਕੋਈ ਚੀਜ਼ ਦਿਖਦੀ ਨਹੀਂ ਸੀ ਇੱਥੇ ਧਰਮੀ ਤਾਂ ਕੋਈ ਦਿਖਦਾ ਹੀ ਨਹੀਂ ਸੀ ਕੂੜ ਅਮਾਵਸ ਸੱਚ ਚੰਦਰਮਾ ਦੀਸਾ ਨਾਹੀ ਕਹਿ ਚੜਿਆ ਜਿਵੇਂ ਮੱਸੀਆ ਦੀ ਰਾਤ ਨੂੰ ਜਿਵੇਂ ਹਨੇਰਾ ਹੀ ਹਨੇਰਾ ਹੁੰਦਾ ਨਾ ਦੇਖਦੇ ਹੀ ਕੁਛ ਨਹੀਂ ਏਦਾਂ ਹਨੇਰਾ ਸੀ ਅਗਿਆਨਤਾ ਦਾ ਅਤਿਆਚਾਰ ਹੋ ਰਿਹਾ ਪਾਪ ਹੋ ਰਿਹਾ ਪੱਥਰ ਲੋਕ ਪੂਜ ਰਹੇ ਨੇ ਮੂਰਤੀਆਂ ਪੂਜ ਰਹੇ ਨੇ ਉਸ ਰੱਬ ਨਾਲੋਂ ਟੁੱਟ ਚੁਕੇ ਸੀ ਰੋਸ਼ਨੀ ਕਿੱਥੇ ਹੋਣੀ ਸੀ ਜਿਹਨੇ ਰੋਸ਼ਨੀ ਗਿਆਨ ਦੇਣਾ ਉਹਦੇ ਨਾਲ ਤੇ ਜੁੜੇ ਨਹੀਂ ਦੇ ਸਭ ਹਨੇਰੇ 'ਚ ਸੀ ਟਕਰਾਂ ਖਾਰੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਦੁਸ਼ਟ ਸਭਨ ਕੋ ਮੂਰੂ ਉਪਾਰਣ ਧਰਮ ਚਲਾਵਨ ਤਾਨੂੰ ਧਰਮੀ ਬਣਾਉਣਾ ਤਾਨੂੰ ਉਸ ਇੱਕ ਵਾਹਿਗੁਰੂ ਨਾਲ ਜੋੜਨਾ ਸ਼ਬਦ ਨਾਲ ਜੋੜ ਕੇ ਤੁਹਾਡੇ ਅੰਦਰ ਗਿਆਨ ਤਾਨੂੰ ਬਖਸ਼ਣਾ ਰੋਸ਼ਨੀ ਦੇਣੀ ਇੱਕ ਭਾਈਚਾਰਾ ਬਣਾਉਣਾ ਨਿਮਰਤਾ ਤੇ ਪਿਆਰ ਬਖਸ਼ਣਾ ਤੁਹਾਨੂੰ ਇਹ ਗੁਣ ਬਖਸ਼ਣੇ ਨੇ ਤੁਹਾਨੂੰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਪਟਨਾ ਸਾਹਿਬ ਦੀ ਧਰਤੀ ਤੇ 5 ਸਾਲ ਤਹੀ ਪ੍ਰਕਾਸ਼ ਹਮਾਰਾ ਭਾਇਓ ਪਟਨਾ ਸ਼ਹਿਰ ਵਿਖੇ ਭਾਵ ਲਇਓ ਪਟਨਾ ਸਾਹਿਬ ਦੀ ਧਰਤੀ ਤੇ ਜਿਹੜੇ 5 ਸਾਲ ਬਚਪਨ ਦੇ ਬੀਤੇ ਮਾਤਾ ਨਾਨਕੀ ਜੀ ਦਾਦੀ ਜੀ ਸਨ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸਤਕਾਰਯੋਗ ਮਾਤਾ ਜੀ ਨਾਲ ਸੀ ਤਾਂ ਤਨ ਮਾਤਾ ਗੁਜਰਕੌਰ ਜੀ ਮਾਤਾ ਜੀ ਦੋਨੋਂ ਨੂੰ ਸੱਸ ਮਾਤਾਵਾਂ ਦੀ ਸਿੱਖਿਆ ਹੈ ਦਾਦੀ ਤੇ ਮਾਂ ਦੀ ਸਿੱਖਿਆ ਜਿਸ ਬੱਚੇ ਨੂੰ ਚੰਗੀ ਮਿਲ ਜੇ ਨਾ ਉਹਦੀ ਨੀ ਪੱਕੀ ਹੋ ਜਾਂਦੀ ਸੀ ਉਹ ਨਹੀਂ ਡਿੱਗਦਾ ਤੇ ਡੋਲਦਾ ਉਸ ਵਾਹਿਗੁਰੂ ਨਾਲ ਜੁੜ ਜਾਂਦਾ ਪੰਜ ਸਾਲ ਦੀ ਇਹ ਬਚਪਨ ਦੀ ਸਿੱਖਿਆ ਤੇ ਮਾਤਾ ਪਿਤਾ ਨੇ ਲਾੜ ਕਿਉਂਕਿ ਬੱਤੀ ਤੇ तकरीबन 33-34 ਸਾਲ ਇਤਿਹਾਸ ਕਰ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਆਹ ਨੂੰ ਹੋ ਗਏ 33-34 ਸਾਲ ਬਾਅਦ ਕਰ ਵਿੱਚ ਸਹਬਜ਼ਾਦਾ ਉਹ ਮਰਦ ਅਗੰਬੜਾ ਪੈਦਾ ਹੋਇਆ ਵਾਹ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਇਕੱਲਾ ਇੱਕੋ ਹੀ ਹੈ ਉਹ ਸੂਰਮਾ ਮਰਦ ਉਹਦੇ ਵਰਗਾ ਦੂਸਰਾ ਨਹੀਂ ਪੈਦਾ ਹੋਣਾ ਨਾ ਹੋਇਆ ਤੇ ਨਾ ਗਾਹ ਹੋਊਗਾ ਕੋਈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਤਾਂ ਗੁਰੂ ਰਹਿ ਚੇਲੇ ਚੇਲੇ ਰਹਿ ਕਦੀ ਗੁਰੂ ਚੇਲਾ ਨਹੀਂ ਬਣਿਆ ਤੇ ਚੇਲਾ ਗੁਰੂ ਨਹੀਂ ਬਣਿਆ ਪਰ ਉਹ ਪੜੋ ਦੁਨੀਆ ਦਾ ਇਤਿਹਾਸ ਕਦੀ ਗੁਰੂ ਚੇਲਾ ਬਣਦਾ ਤੇ ਚੇਲਾ ਗੁਰੂ ਨਹੀਂ ਸੀ ਬਣਦਾ ਗੁਰੂ ਗੁਰੂ ਰਹਿ ਗਿਆ ਚੇਲੇ ਚੇਲੇ ਰਹਿ ਗਏ ਇੱਥੇ ਗੁਰੂ ਵੀ ਆਪ ਤੇ ਚੇਲੇ ਵੀ ਆਪ ਆਪ ਸਭ ਕੁਝ ਕਰਨ ਵਾਲੇ ਆਪ ਬਖਸ਼ਿਸ਼ਾਂ ਰਹਿਮਤਾਂ ਕਰਨ ਵਾਲੇ ਲੱਭੋ ਕਿ ਦੁਆਦਾਨੀ ਦਾ ਬਹੁਤ ਦੁਨੀਆ ਵਿੱਚ ਫਿਰਦੇ ਇੱਥੇ ਪੁੱਤਰਾਂ ਦਾ ਦਾਨੀ ਲੱਭੋ ਇਤਿਹਾਸ ਵਿੱਚ ਹੈਗਾ ਕੋਈ ਇਥੇ ਆਪਣੇ ਵਾਸਤੇ ਤੇ ਹਰ ਬੰਦਾ ਝਗੜਦਾ ਰਿਆ ਜ਼ਮੀਨਾਂ ਵਾਸਤੇ ਰਾਜ ਵਾਸਤੇ ਇਸਤਰੀ ਵਾਸਤੇ ਜੰਗਾਂ ਬਹੁ ਦੁਨੀਆਂ ਵਿੱਚ ਹੋਈਆਂ ਪਹਿਲਾਂ ਕਹਰੂ ਪੰਡਵਾਂ ਦੀ ਜੰਗ ਹੋਈ ਬੜੀਆਂ ਜੰਗਾਂ ਹੋਈਆਂ ਲੱਖਾਂ ਬੰਦੇ ਮਰਦੇ ਰਹੇ ਪਰ ਕਿਸ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਿਆ ਸ਼ਹੀਦ ਤੋਂ ਪਹਿਲਾਂ ਉਹਦੀ ਸ਼ਹੀਦੀ ਦੇਖਣੀ ਪੈਣੀ ਹੈ। ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਰਗਾ ਲੱਭੋ ਜਿਹਦਾ ਸਿਰਫ ਤੁਹਾਡੇ ਵਾਸਤੇ ਲੜਦਾ ਰਿਹਾ। ਮਨੁੱਖਤਾ ਵਾਸਤੇ ਲੜਦਾ ਰਿਹਾ। ਗਰੀਬਾਂ ਵਾਸਤੇ ਲੜਦੇ ਰਹੇ। ਜ਼ੁਲਮ ਦੇ ਖਿਲਾਫ 42 ਸਾਲ ਦੀ ਤਕਰੀਬਨ ਉਮਰ ਜਿਹੜੀ ਹੈ ਇਹ ਜ਼ੁਲਮ ਦੇ ਖਿਲਾਫ ਲੜਦੇ 14 ਜੰਗਾਂ ਛੋਟੀਆਂ ਨਹੀਂ ਹੁੰਦੀਆਂ। 42 ਸਾਲ ਦੀ ਉਮਰ 14 جنگਾਂ ਲੜਦੀਆਂ ਤੇ ਜਿੱਤ ਪ੍ਰਾਪਤ ਕਰਨੀ ਧਰਮ ਦਾ ਵਿਸਥਾਰ ਕਰ ਦੇਣਾ ਖਾਲਸੇ ਦੀ ਸਿਰਜਣਾ ਕਰ ਦੇਣੀ ਉਹ ਔਰੰਗਜ਼ੇਬ ਦੇ ਰਾਜ ਵਿੱਚ ਜਿਹੜਾ ਉਹ ਔਰੰਗਜ਼ੇਬ ਕੱਟਰ ਸ਼ਰੀ ਕਹਿੰਦਾ ਸੀ ਕਿ ਮੈਂ ਇੱਥੇ ਰਾਣੀ ਨਹੀਂ ਦੇਣਾ ਕਿਸੇ ਨੂੰ ਹੋਰ ਜਿੰਨੇ ਆਪਣੇ ਬਾਪ ਨੂੰ ਮਾਰ ਦਿੱਤਾ ਆਪਣੇ ਬੱਚਿਆਂ ਨੂੰ ਮਾਰ ਦਿੱਤਾ ਇਹ ਤਖਤ ਇਹਦੇ ਚੱਲਦਾ ਆ ਉਹ ਕਿਸੇ ਹੋਰ ਦਾ ਸੱਕਾ ਕਿਵੇਂ ਹੋ ਸਕਦਾ ਵੀ ਤੁਹਾਡੀ ਰਾਖੀ ਕਿਵੇਂ ਕਰੂਗਾ ਤੁਹਾਡੇ ਨਾਲ ਸਾਥ ਕਿਵੇਂ ਕਰ ਸਕਦਾ ਉਹ ਤਾੜਾ ਪਲਾ ਪਰਜਾ ਦਾ ਪਲਾ ਕਿਵੇਂ ਕਰੇਗਾ ਜਿਹੜਾ ਆਪਣੇ ਨੂੰ ਮਾਰ ਦਿੰਦਾ ਸਿਰਫ ਜਿਹਨੂੰ ਤਖਤ ਦਿਖਦਾ ਵੀ ਤਖਤ ਲੈਣਾ ਇਹੋ ਜੇ ਬੰਦੇ ਨਾਲ ਵਾਹ ਪਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗੁਰੂ ਸਾਹਿਬ ਜੀ ਨੇ ਇਹਦੀ ਜੜ ਪੁੱਟਣੀ ਹੈ ਜ਼ੁਲਮ ਕਰਨ ਵਾਲਿਆਂ ਦੀ ਦੁਸ਼ਟ ਸਭਨ ਕੋ ਮੂਲ ਉਪਾਰਣ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਮੈਂ ਫਿਰ ਬੇਨਤੀ ਕਰਾਂ ਲਭੋ ਕੁਪੁੱਤਰਾਂ ਦਾ ਦਾਨੀ ਦਾਨੀ ਤਾਂ ਬਹੁਤ ਹੋਣਗੇ ਪਰ ਪੁੱਤਰਾਂ ਦਾ ਦਾਨ ਹੀ ਨਹੀਂ ਤੁਹਾਨੂੰ ਮਿਲਣਾ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਣਾ ਸਰਵੰਸ ਦਾਨੀ ਤਾਂ ਕਹਿੰਦੇ ਹੋ ਨਾ ਅਮਰਤ ਕੇ ਦਾਤੇ ਜਿਨੇ ਖੰਡੇ ਦੀ ਪੌਰ ਛਕਾਈ ਖੰਡੇ ਦੀ ਪੌਰ ਜਿਹੜੀ ਦੁਨੀਆ ਬੜੇ ਜੁੱਗਾਂ ਤੋਂ ਲੱਭਦੀ ਫਿਰਦੀ ਕਿ ਸਾਨੂੰ ਅਮਰਤ ਦੀ ਦਾਤ ਮਿਲੇ ਅਮਰਤ ਮਿਲੇ ਅਮਰਤ ਕਿਉਂ ਮਿਲੇ ਕਿਉਂਕਿ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰਿ ਸਿਮਰਤ ਅਨੰਦ ਅਨੰਤਾ ਅੰਮ੍ਰਿਤ ਨਾਮ ਨਿਦਾਨ ਹੈ ਇਹ ਖਜ਼ਾਨਾ ਅਸਲੀ ਮਿਲ ਪੀਵੋ ਭਾਈ ਜਿਸ ਸਿਮਰਤ ਸੁਖ ਪਾਈਐ ਸਭ ਤਖਾ ਵਜਾਈ ਕਿ ਜਿਸਨੂੰ ਪੀਣ ਦੇ ਨਾਲ ਜਿਸਨੂੰ ਜਪਣ ਦੇ ਨਾਲ ਸੁਖ ਮਿਲਣਾ ਤੇ ਮਨ ਦੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਣੀਆਂ ਨੇ ਮਰਤੂ ਤੂ ਰਤ ਹੋ ਜਾਣਾ ਮੌਤ ਦਾ ਡਰ ਖਤਮ ਹੋ ਜਾਵੇ ਮਰਤੂ ਤੋਂ ਅਸੀਂ ਰਹਿਤ ਹੋ ਜਾਈਏ ਬਾਰ ਬਾਰ ਅਸੀਂ ਮਰੀਏ ਨਾ ਕਿਉਂਕਿ ਮਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਉਹ ਦਾਤ ਬਖਸ਼ੀ ਜਿਹੜੀ ਕਿਸੇ ਨੇ ਨਹੀਂ ਬਖਸ਼ੀ ਉਹ ਦਾਤ ਤਾਨੂੰ ਅੰਮ੍ਰਿਤ ਦੀ ਦਾਤ ਅੱਜ ਲੋੜ ਹੈ ਸਮੇਂ ਦੀ ਅਸੀਂ ਉਸ ਅੰਮ੍ਰਿਤ ਨੂੰ ਅਸੀਂ ਛਕੀਏ ਤੇ ਬਾਣੀ ਨਾਲ ਜੁੜਜੋ ਬਾਣੀ ਨਾਲ ਜੁੜਜੋ ਜੇ ਸੁਖ ਪ੍ਰਾਪਤ ਕਰਨਾ ਹੈ ਸੁਖੀ ਹੋਣਾ ਹੈ ਅਣਖ ਨਾਲ ਜਿਉਣਾ ਹੈ ਤੇ ਮੈਂ ਪਹਿਲਾਂ ਬੇਨਤੀ ਕੀਤੀ ਇਸ ਧਰਮ ਦੇ ਉੱਪਰ ਸੇਖ ਕੌਮ ਦੇ ਉੱਪਰ ਜਿਨ ਨੇ ਛਖੜ ਝੁੱਲੇ ਜਿਨ ਨੇ ਦੁਨੀਆਂ ਦੇ ਵੱਡੇ ਵੱਡੇ ਹਮਲਾਵਾਰ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਜਰਨੈਲ ਖਵਾਉਣ ਵਾਲੇ ਅਮੀਰ ਖਵਾਉਣ ਵਾਲੇ ਵੱਡੇ ਵੱਡੇ ਜਿਹੜੇ ਆਏ ਪੀ ਇਸ ਕੋਮ ਨੂੰ ਖਤਮ ਕਰ ਦੇਣਾ ਇੱਥੇ ਅਬਦਾਲੀ ਵਰਗੇ ਨਦਰਸ਼ਾ ਵਰਗੇ ਜਕਰੀਆ ਖਾਂ ਵਰਗ ਥੋੜੇ ਆਇ ਕਿ ਔਰੰਗਜੇ ਵਰਗੇ ਵਜੀਦੇ ਵਰਗੇ ਥੋੜੇ ਆਏ ਪਰ ਇਹ ਖਤਮ ਨਹੀਂ ਹੋਇਆ ਇਹ ਚੜ੍ਹਦੀ ਕਲਾ ਚ ਰਿਆ ਜਿਉਂ-ਜਿਉਂ ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ ਜਿਉਂ-ਜਿਉਂ ਮਨੂੰ ਵੱਡਦਾ ਸੀ ਦੂਣ ਸਵਾਏ ਹੋਏ ਇੱਕ ਉਹ ਫਸਲ ਹੁੰਦੀ ਹੈ ਜਿਹਨੂੰ ਬਾਰ-ਬਾਰ ਤੁਸੀਂ ਵੱਡੋ ਤੇ ਉਹ ਜਿਆਦਾ ਉੱਠਦੀ ਹੈ ਇਹ ਸਿੱਖੀ ਸੇਖ ਕੋਮ ਉਹ ਫਸਲ ਹੈ ਜਿੰਨੀ ਵਾਰੀ ਵੱਡੀ ਗੇ ਦੂਣ ਸਵਾਈ ਹੋਈ ਇਹ ਘਟੀ ਨਹੀਂ ਇਹਦਾ ਮੁੱਢ ਮੁੱਢ ਪੱਕਾ ਸੀ ਨਾ ਮਜ਼ਬੂਤ ਹੈ 10 ਗੁਰੂ ਸਾਹਿਬਾਂ ਨੇ ਸਹਬਜਾਦਿਆਂ ਨੇ ਕਿੰਨੀਆਂ ਸ਼ਹਾਾਤਾਂ ਦੇ ਦੇ ਕੇ ਇਹ ਇੱਕ ਤੇ ਗਾਰੇ ਦੀ ਮਿੱਟੀ ਦੀ ਥੋੜੀ ਇੱਕ ਤੇ ਸਰੀਏ ਸੀਮੰਟ ਦੀ ਥੋੜੀ ਥਿੱਕ ਤੇ ਨਹੀਂ ਜਿਹੜੀ ਟੱਟ ਜੋਗੀ ਟਿਆਹ ਜੋਗੀ ਇਹ ਤੱਕ ਖੂਨ ਦੇ ਨਾਲ ਸਿੰਜੀ ਗਈ ਹੈ ਤੇ ਬੜੀ ਬਰੇ ਸਿਰ ਦਤੇ ਗਏ ਨੇ ਦੇ ਜਿਹਦੇ ਤੇ ਨਹੀਂ ਰੱਖੀ ਸਿੱਖ ਪੰਥ ਦੀ ਕਿਸੇ ਵੀ ਕੌਮ ਤੇ ਇਤਿਹਾਸ ਪੜੋ ਦੁਨੀਆਂ ਦਾ ਇੰਨੀ ਝਖੜ ਕਿਸੇ ਕੌਮ ਤੇ ਨਹੀਂ ਝੁੱਲੇ ਇੰਨੇ ਹਮਲੇ ਜਿਹੜੇ ਨੇ ਨਾ ਕਿਸੇ ਕੌਮ ਤੇ ਨਹੀਂ ਹੋਏ ਜਿੰਨੇ ਸਿੱਖ ਪੰਥ ਤੇ ਹੋਏ ਪਰ ਫਿਰ ਵੀ ਅੱਜ ਫਿਰ ਵੀ ਜਦੋਂ ਲੋਕਡਾਊਨ ਹੁੰਦਾ ਦੁਨੀਆ ਬੰਦ ਹੋ ਜਾਂਦੀ ਹੈ ਦੁਨੀਆ ਮੂੰਹ ਬੰਦ ਕੇ ਅੰਦਰ ਵੜ ਜਾਂਦੀ ਹੈ ਤੇ ਉਦੋਂ ਇਹੀ ਸਿੱਖ ਕੌਮ ਇਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਜਿਨ੍ਹਾਂ ਨੂੰ ਸਿੱਖੀ ਬਖਸ਼ੀ ਜਿਨ੍ਹਾਂ ਦਾ ਦਇਆ ਵਾਲਾ ਗੁਣ ਭਰਿਆ ਧਰਮੀ ਬਣਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜ ਸੀਸ ਲੈ ਕੇ ਪੰਜ ਗੁਣ ਭਰੇ ਸੀ ਜਿਨ੍ਹਾਂ ਦੇ ਅੰਦਰ ਭਾਈ ਦਇਆ ਸਿੰਘ ਪੰਜ ਸੀਸ ਲੈ ਜਨਾ ਖੰਡੇ ਦੀ ਪੌਲ ਦਿੱਤੀ ਤੁਹਾਨੂੰ ਗੁਣ ਭਰੇ ਨੇ ਤੁਹਾਡੇ ਅੰਦਰ ਇਹ ਵੀ ਇਹ ਗੁਣ ਨਹੀਂ ਖਤਮ ਹੋ ਸਕਦੇ ਇਹ ਚਾਹੀਦੇ ਨੇ ਸ਼ੁਭ ਗੁਣ ਪਹਿਲਾਂ ਦਇਆ ਕਿਉਂਕਿ ਦਇਆ ਤਬਿਨਾ ਧਰਮ ਹੀ ਨਹੀਂ ਤੁਸੀਂ ਬਣ ਸਕਦੇ ਤੌਲ ਧਰਮ ਦਇਆ ਕਾ ਪੁੱਤ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਦੂਰ ਅੰਦੇਸੀ ਸੋਚ ਤੁਹਾਡੇ ਤੇ ਕਿਰਪਾ ਕਰਨ ਵਾਸਤੇ ਪਹਿਲਾ ਗੁਣ ਤੁਹਾਡੇ ਅੰਦਰ ਦਇਆ ਵਾਲਾ ਭਰਿਆ ਜੇ ਦਇਆ ਨਹੀਂ ਤੇ ਧਰਮ ਹੀ ਨਹੀਂ ਬਣ ਸਕਦੇ ਕਿਉਂਕਿ ਧਰਮ ਜਿਹੜਾ ਦਇਆ ਦਾ ਪੁੱਤਰ ਤੌਲ ਤਰਮ ਦਇਆ ਕਪੂਤ ਸੰਤੋਖ ਥਾ ਵ ਰਖਿਆ ਜਨਸੂਤ ਪਹਿਲਾ ਗੁਣ ਦਇਆ ਪਹਿਲਾ ਸੀ ਸਪਾਈ ਦਇਆ ਸਿੰਘ ਨੇ ਦਿੱਤਾ ਸਮਝੋ ਇਹ ਪੰਜ ਸੀਸ ਕਿਵੇਂ ਆਏ ਪੰਜ ਗੁਣ ਭਰੇ ਤੁਹਾਡੇ ਅੰਦਰ ਪਹਿਲਾ ਦਇਆ ਭਰ ਦਿੱਤੀ ਭਾਈ ਦਇਆ ਸਿੰਘ ਨੇ ਸੀਸ ਦਿੱਤਾ ਦਇਆ ਕਿੱਥੋਂ ਆਉਂਦੀ ਹੈ ਜੀ ਲਾਹੌਰ ਤੋਂ ਚੱਲ ਕੇ ਆਉਂਦੀ ਹੈ ਭਾਈ ਦਇਆ ਸਿੰਘ ਲਾਹੌਰ ਤੋਂ ਆਉਂਦੇ ਜਿੱਥੇ ਅੰਮ੍ਰਿਤ ਵੇਰੇ ਤੋਂ ਹੀ ਜਲਮ ਹੋਣੇ ਸ਼ੁਰੂ ਹੋ ਜਾਂਦੇ ਸੀ ਪਾਪ ਹੋਣੇ ਸ਼ੁਰੂ ਹੋ ਜਾਂਦੇ ਸੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਪਹਿਰ ਰਾਤ ਰਹਿੰਦੀ ਅਮਰਤ ਵੇਲੇ ਬੰਦਗੀ ਦਾ ਸਮਾਂ ਹੁੰਦਾ ਤੇ ਲਾਹੌਰ ਦੀ ਧਰਤੀ ਤੇ ਪਾਪ ਹੋਣੇ ਸ਼ੁਰੂ ਹੋ ਜਾਂਦੇ ਸੀ ਉਹ ਜਿੱਥੇ ਅਤਿਆਚਾਰ ਪਾਪ ਹੁੰਦਾ ਉੱਥੋਂ ਦਇਆ ਆ ਰਹੀ ਹੈ ਪਾਈ ਦਇਆ ਸੀ ਦੂਸਰਾ ਸੀਸ ਦਿੱਤਾ ਪਾਈ ਧਰਮ ਸਿੰਘ ਨੇ ਧਰਮੀ ਬਣਾਉਣਾ ਤੁਹਾਨੂੰ ਧਰਮ ਚਲਾਉਣ ਸੰਤੂ ਬਾਰਨ ਦੁਸ਼ਟ ਸਬਨ ਕੋ ਮੁਗਲੋਂ ਪਾਰ ਤਾਂ ਦੁਸ਼ਟਾਂ ਦੀ ਜੜ 뿌ਟੀ ਜਾਣੀ ਹੈ ਦੇਖੋ ਕਿੰਦੀਏ ਪਰਪਕਾਰ ਤੁਹਾਡੇ ਤੇ ਕੀਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਜਬਾਪੂ ਕਿੱਥੋਂ ਮਿਲੂਗਾ ਆਪੇ ਆਪ ਗਰੀਬ ਨਿਵਾਜਾ ਸਿਰਫ ਗਰੀਬਾਂ ਨੂੰ ਨਿਵਾਜਣਾ ਜੀ ਇਥੇ ਇਥੇ ਇਹਨੇ ਅਮੀਰ ਮੀਰਾ ਦੇ ਹੁੰਦੇ ਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੂਸਰਾ ਸੀਸ ਭਾਈ ਧਰਮ ਸਿੰਘ ਧਰਮੀ ਬਣਾਉਣਾ ਤੀਸਰਾ ਸੀ ਸਿਪਾਈ ਹਿੰਮਤ ਸਿੰਘ ਜਿੱਥੇ ਤੁਹਾਡੇ ਅੰਦਰ ਦਇਆ ਭਰੀ ਹੈ ਜਿੱਥੇ ਤੁਹਾਡੇ ਅੰਦਰ ਧਰਮ ਭਰਿਆ ਗਿਆ ਧਰਮੀ ਬਣਾ ਦਿੱਤਾ ਉਥੇ ਤੁਹਾਡੇ ਅੰਦਰ ਹਿੰਮਤ ਹੋਣੀ ਜ਼ਰੂਰੀ ਹੈ ਜੇ ਹਿੰਮਤ ਨਾ ਭਰਦੇ ਤੇ ਇਨੀ ਹਮਲਾਵਾਰ ਆਏ ਇਨੀ ਚਖੜ ਝੁੱਲੇ ਹੋਣੋਂ ਤਾਂ ਕੋਮ ਖਤਮ ਹੋ ਜਾਂਦਾ ਨਾਮੋ ਨਿਸ਼ਾਨ ਮਿਟ ਜਾਂਦਾ ਹੈ ਤਾਂ ਬਣੀ ਨਹੀਂ ਅਸੀਂ ਬੜੇ-ਬੜੀਆਂ ਕੋਮਾਂ ਖਤਮ ਹੋ ਗਈਆਂ ਬੜੇ-ਬੜੇ ਧਰਮ ਖਤਮ ਹੋ ਗਏ ਦੁਨੀਆ ਵਿੱਚ ਜਿਨ੍ਹਾਂ ਦੇ ਕੋਲ ਇਹ ਗੁਣ ਨਹੀਂ ਸੀ ਨਾ ਧਰਮ ਸੀ ਨਾ ਸ਼ਾਸਤਰ ਸੀ ਨਾ ਭਗਤੀ ਸੀ ਨਾ ਸ਼ਕਤੀ ਸੀ ਉਹ ਖਤਮ ਹੋ ਗਏ ਇਹ ਦੋਨੋਂ ਦਾਤਾਂ ਤੁਹਾਨੂੰ ਦੇ ਦਿੱਤੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਗਤੀ ਵੀ ਤੇ ਸ਼ਕਤੀ ਵੀ ਕਿਉਂਕਿ ਭਗਤੀ ਦੇ ਵਿੱਚੋਂ ਸ਼ਕਤੀ ਪੈਦਾ ਹੋਣੀ ਹੈ ਹਿੰਮਤ ਹਿੰਮਤ ਜ਼ਰੂਰੀ ਹੈ ਹਿੰਮਤ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਹਿੰਮਤ ਸੀ ਖਾਲਸੇ ਦੇ ਅੰਦਰ ਕਿ 10-10 ਲੱਖ ਦੇ ਘੇਰੇ ਦੀ ਪ੍ਰਵਾਹ ਨਹੀਂ ਕੀਤੀ ਭੁੱਖ ਦੀ ਪਰਵਾਹ ਨਹੀਂ ਕੀਤੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਭੁੱਖ ਤਾਂ ਮੌਤ ਨਾਲੋਂ ਵੀ ਮਾੜੀ ਐ ਭੁੱਖ ਜਿਹੜੀ ਐ ਇੱਕ ਟਾਈਮ ਦੀ ਨਾ ਮਿਲੇ ਤੇ ਕੀ ਹਾਲ ਹੁੰਦਾ ਫਰੀਦਾ ਮੌਤੋਂ ਭੁੱਖ ਬੁਰੀ ਮੌਤ ਨਾਲੋਂ ਮਾੜੀ ਚੀਜ਼ ਐ ਭੁੱਖ ਭੁੱਖ ਲੱਗੀ ਹੋਵੇ ਤੇ ਹਾਲਾਤ ਕੀ ਬਣਨਦੇ ਨੇ ਫਿਰ ਇਹ ਸਮਝ ਸਕਦੇ ਹੋ ਤੁਸੀਂ ਰਾਤ ਨੂੰ ਸੁੱਤੇ ਖਾ ਕੇ ਦਿਨੇ ਫੇਰ ਖੜੀ ਉਹ ਰਾਤੀ ਦੇ 5:00 ਤੱਕ ਖਾ ਕੇ ਸੁੱਤੇ ਸੀ ਤੇ 8:00 ਵਜੇ ਤੇ ਫੇਰ ਕਹਿੰਦੇ ਵੀ ਲਿਆਓ ਵੀ ਰਸੋਈ ਵਿੱਚ ਦੇਖਿਆ ਵੀ ਤਵਾ ਪਰਾਤ ਖੜਕਦਾ ਦੀ ਖੜਕਦਾ ਸਵੇਰੇ ਪਰੌਂਠੇ ਤੇ ਜਿਹੜੇ 8:00 ਵਜੇ ਸਵੇਰੇ ਪਰੌਂਠੇ ਖਾਦੇ ਸੀ 12:00 1:00 ਵਜੇ ਫੇਰ ਫੇਰ ਦੇਖੀਦਾ ਵੀ ਆਵੇ ਕਿਸੇ ਪਾਸਿਓਂ ਭੁੱਖ ਫੇਰ ਲੱਗੀ ਐ ਐਨੀ ਮਾੜੀ ਚੀਜ਼ ਐ ਤਨ ਨੇ ਉਹ ਉਹ ਹਿੰਮਤ ਤੁਹਾਡੇ ਅੰਦਰ ਭਰੀ ਹੈ ਉਹ ਖਾਲਸੇ ਚ ਜਿਹੜੇ ਕਈ ਕਈ ਮਹੀਨੇ ਭੁੱਖੇ ਲੜਦੇ ਰਹੇ 10-10 ਲੱਖ ਦਾ ਮੁਕਾਬਲਾ ਕਰਦੇ ਰਹੇ ਜੀ ਭੁੱਖੇ ਹੀ ਆਹ ਹਿੰਮਤ ਜਿਹੜੇ ਅੰਦਰਲੇ ਵਿਕਾਰਾਂ ਨਾਲ ਲੜਦੇ ਰਹੇ ਜਿਨ੍ਹਾਂ ਨੇ ਪੰਜਾਂ ਤੇ ਜੇ ਤੰਦਰਿਆਂ ਤੇ ਪ੍ਰਾਪਤ ਕੀਤੀ ਤੇ ਬਾਅਦ 10-10 ਲੱਖ ਦਾ ਮੁਕਾਬਲਾ ਕਰਦੇ ਰਹੇ ਉਹਨਾਂ ਤੇ ਵੀ ਜਿੱਤ ਪ੍ਰਾਪਤ ਕੀਤੀ ਆਹ ਹਿੰਮਤ ਭਰੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੁਹਾਡੇ ਅੰਦਰ हिम्मत हिम्मत ਤਾਂ ਬੜੇ ਕਰ ਲੈਂਦੇ ਨੇ ਸੁਣਿਓ ਤੁਸੀਂ ਨਿਤ ਦੇਖਦੇ ਹੋ ਸਟੇਜਾਂ ਤੇ ਬੁਲਕਿਆਂ ਦੇ ਆਹ ਕਰ ਦਾਂਗੇ ਆਹ ਕਰ ਦਾਂਗੇ ਆਹ ਕਰ ਦਾਂਗੇ ਇੱਥੇ ਕੁਝ ਕਿਹਾ ਤੇ ਉੱਥੇ ਜਾ ਕੇ ਫਿਰ ਮੁਕਰ ਗਏ ਕਹਿੰਦੇ ਜੀ ਅਸੀਂ ਤੇ ਕਿਹਾ ਹੀ ਕੁਝ ਨਹੀਂ ਕਹਿੰਦੇ ਆ ਨਾ ਆਮ ਤੁਸੀਂ ਸੁਣਦੇ ਹੋ ਕਹਿ ਕੇ ਮੁਕਰ ਜਾਣਾ ਪਰ ਖਾਲਸੇ ਦਾ ਕੰਮ ਨਹੀਂ ਹੈ ਕਹਿ ਕੇ ਮੁਕਰ ਜਾਣਾ ਨਹੀਂ ਫਿਰ ਉਹ ਡਿੜ ਰਹਿਂਦਾ ਚੌਥਾ ਸੀਸ ਜਿਹੜਾ ਤੁਹਾਡੇ ਅੰਦਰ ਗੁਣ ਭਰਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਾਈ ਮੋਹਕਮ ਸਿੰਘ ਨੇ ਸੀਸ ਦਿੱਤਾ ਪਾਈ ਮੋਹਕਮ ਅਰਥ ਹੈ ਡਿੜਤਾ ਡਿੜ ਪੱਕੇ ਵੀ ਜਿਹੜੀ ਗੱਲ ਕਹਿ ਦਿੱਤੀ ਉਹਤੇ ਪੱਕੇ ਰਹਿਣਾ ਹੁ ਤਸ ਤੋਂ ਮਸ ਨਹੀਂ ਹੋਣਾ ਬਾਬਾ ਦੀਪ ਸਿੰਘ ਕੇ ਲਕੀਰ ਖਿੱਚ ਕੇ ਕਹ ਦਿੱਤੀ ਹਰ ਮੰਦਰ ਸਹਿ ਪਹੁੰਚਣਾ ਗੁਰੂ ਘਰ ਦੀ ਬਦਬੀ ਨਹੀਂ ਹੋਣ ਦੇਣੀ ਪਰ ਜਿਹਨੂੰ ਜਾਨ ਪਿਆਰੀ ਹੈ ਅਜੇ ਜਿਉਣਾ ਚਾਹੁੰਦਾ ਹੈ ਧੀਆ ਪੁੱਤਰ ਪਿਆਰੇ ਮਾਇਆ ਇਕੱਠੀ ਕਰਨੀ ਹੈ ਭਾ ਇਥੋਂ ਵਾਪਸ ਹੋ ਜੋ ਪੇ ਅੱਗੇ ਨਹੀਂ ਜਾ ਸਕ ਨਾ ਜਾਓ ਕੋਕੇ ਆਪਣੇ ਘਰ ਜਾਓ ਉੱਥੇ ਤੇ ਸ਼ਹਾਦਤ ਦਾ ਜਾਮ ਪੀਣਾ ਪੈਣਾ ਉੱਥੇ ਸਿਰ ਤਲੀ ਤੇ ਰੱਖ ਕੇ ਜਾਣਾ ਪੈਣਾ ਵੀ ਜੋ ਕਹਿ ਦਿੱਤਾ ਉਹ ਕਰਨਾ ਵੀ ਡਰ ਕੇ ਥੋੜਾ ਵੀ ਉਹ ਬਹੁਤੇ ਅੱਗੇ ਖੜੇ ਤੇ ਪਿੱਛੇ ਵਾਪਸ ਡਰ ਕੇ ਆ ਜਾਣਾ ਇਹ ਖਾਲਸੇ ਦਾ ਕੰਮ ਨਹੀਂ ਹੈ ਖਾਲਸਾ ਤੇ ਜਮਕੌਰ ਦੀ ਗੜੀ ਵਿੱਚ 10 ਲੱਖ ਦੇ ਘੇਰੇ ਵਿੱਚ ਕਹਿੰਦੇ ਤਨਗੁਰ ਗੋਬਿੰਦ ਸਿੰਘ ਸਾਹਿਬ ਜੀ ਅਸੀਂ ਚਮਕੌਰ ਦੀ ਗੜੀ ਅੰਦਰ ਹੀ ਅਸੀਂ ਬਾਹਰ ਜੰਗ ਦੇ ਮੈਦਾਨ ਵਿੱਚ ਲੜਨਾ ਅਸੀਂ ਕੈਰ ਥੋੜੇ ਆ ਪਈ ਉਹ 10 ਲੱਖ ਨੇ ਤੇ ਅਸੀਂ 40 ਅਸੀਂ ਡਰ ਜਾਈਏ ਉਹਨਾਂ ਤੋਂ ਪਈ ਉਹ ਬਹੁਤੇ ਨੇ ਪਈ ਆਪਾਂ ਲੜਾਈਏ ਨਾ ਉੱਥੇ ਨਹੀਂ 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 ਸਿੱਖਾਂ ਨੇ ਕਿਹਾ ਸੀ ਨਹੀਂ ਸਤਿਗੁਰੂ ਕਿਰਪਾ ਕਰੋ ਜੰਗ ਦੇ ਮੈਦਾਨ ਵਿੱਚ ਲੜਾਂਗੇ ਜਾ ਕੇ ਹਿੰਮਤ ਹੈ ਅਜੇ ਕਈ ਮਹੀਨਿਆਂ ਦੇ ਥੱਕੇ ਟੁੱਟੇ ਤੇ ਭੁੱਖੇ ਨੇ ਉਹ 8 ਮਹੀਨੇ ਦਾ ਜੰਗ ਚੱਲਿਆ ਆ ਅਨੰਦਪੁਰ ਸਾਹਿਬ ਦੀ ਧਰਤੀ ਤੇ 8 ਮਹੀਨੇ ਦਾ ਘੇਰਾ ਸੀ ਇਹ 8 ਮਹੀਨੇ ਲੜਦਿਆਂ ਨੂੰ ਹੋ ਗਏ ਨੇ ਕਈ ਮਹੀਨੇ ਭੁੱਖਿਆਂ ਨੂੰ ਹੋ ਗਏ ਨੇ ਆਪੋ ਉਹਦੀਆਂ ਰਾਤਾਂ ਠੰਡੀਆਂ ਦਾ ਸਾਹਮਣਾ ਕਰ ਰਹੇ ਨੇ ਜਿਹੜੀ ਚੀਜ਼ ਦਾ ਸਾਹਮਣਾ ਨਹੀਂ ਕੀਤਾ ਕਿਹਦਾ ਮੁਕਾਬਲਾ ਨਹੀਂ ਕੀਤਾ ਕਿਦੇ ਤੇ ਜਿੱਤ ਨਹੀਂ ਪ੍ਰਾਪਤ ਕੀਤੀ ਖਾਲਸੇ ਨੇ ਇਹ ਹਿੰਮਤ ਪਰਿਅ ਜੋ ਕਹਿ ਦਿੱਤਾ ਉਹ ਤੇ ਪੱਕਿਆਂ ਦ੍ਰਿੜ ਰਹਿਣਾ ਹੈ ਇਹ ਨਹੀਂ ਫਿਰੇ ਗੱਲ ਕੋਈ ਕੇ ਤਾਂ ਸਾਮ ਨੂੰ ਮੁਕਰਗੇ ਮੁਕਰਨਾ ਕੰਮ ਖਾਲਸੇ ਦਾ ਨਹੀਂ ਦੁਨੀਆ ਦਾ ਹੋਵੇਗਾ ਗੁਰੂ ਸਾਹਿਬ ਜੀ ਕਹਿੰਦੇ ਜਿਹਦੇ ਵਿੱਚ ਫਿਰ ਆ ਚਾਰ ਗੁਣ ਆਗੇ ਨਾ ਤੇ ਪੰਜਵਾਂ ਸੀਸ ਪਾਈ ਸਹਿਬ ਸਿੰਘ ਨੇ ਦੇ ਕੇ ਕਹਿ ਦਿੱਤਾ ਵੀ ਉਸ ਨੂੰ ਫਿਰ ਸਹਿਬ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ ਆਖੋ ਸਤਨਾ ਇਸੀਆਂ ਬਖਸ਼ਿਸ਼ਾਂ ਤੁਹਾਡੇ ਅੰਦਰ ਗੁਰੂ ਸਾਹਿਬ ਜੀ ਨੇ ਭਰੀਆਂ ਨੇ ਬਖਸ਼ਸ਼ਾ ਗੁਣ ਭਰੇ ਨੇ ਤੁਹਾਡੇ ਅੰਦਰ ਬੜੇ ਝਖੜ ਝੁੱਲੇ ਜਿਹੜਾ ਸਮਾਂ 3-400 ਸਾਲ ਪਰ ਤੁਸੀਂ ਦੂਣ ਸਵਾਏ ਹੋਏ ਤੁਸੀਂ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਬਲੇ ਬਲੇ ਕਰਾ ਚੜ੍ਹਦੀ ਕਲਾ ਪੰਥ ਦੀ ਅਜਬ ਹੋ ਰਹੀ ਹੈ ਜਿੱਥੇ ਗਿਆ ਸਿੱਖ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨੇ ਝੰਡੇ ਚਲਾਤੇ ਇਹ ਤਾਂ ਗੁਰੂ ਦੀ ਕਿਰਪਾ ਹੈ ਨਾ ਤੁਸੀਂ ਗੁਰੂ ਦੀ ਕਿਰਪਾ ਜਦੋਂ ਵਰਤਦੀ ਹੈ ਜਦੋਂ ਗੁਰੂ ਦੇ ਆਸਰੇ ਆਪਾਂ ਚੱਲਦੇ ਆਂ ਫਿਰ ਦੁਨੀਆ ਦੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਅੱਜ ਤਾਂ ਹੀ ਤੁਸੀਂ ਅੱਜ ਅੱਜ ਦੁਨੀਆ ਵੀ ਕਹਿੰਦੀ ਹੈ ਕਿਉਂਕਿ ਹੱਕਾਂ ਤੇ ਡਾਕਾਂ ਤੇ ਬਰੇ-ਬਰੇ ਪਹਿਲਾਂ ਦਾ ਹੀ ਮਾਰਦੇ ਰਹੇ ਸਮੇਂ ਦੀਆਂ ਸਰਕਾਰਾਂ ਸਾਰਿਆਂ ਦੇ ਹੱਕ ਖੋਲੇ ਪੰਜਾਬ ਦੀ ਧਰਤੀ ਵੱਲੋਂ ਕਿਉਂਕਿ ਇਤਿਹਾਸ ਹੈ ਤੁਹਾਡਾ ਇਹ ਜਿਹੜਾ ਦੇਸ਼ ਹਿੰਦੁਸਤਾਨ 100 ਸਾਲ ਪਹਿਲਾਂ ਗੁਲਾਮ ਹੋ ਗਿਆ ਸੀ ਪੰਜਾਬ ਨਹੀਂ ਸੀ ਹੋਇਆ। ਚੋਕੇ ਜਦੋਂ ਹਮਲਾਵਾਰ ਆਉਂਦੇ ਸੀ ਨਾ ਇਹ ਦੇਸ਼ ਸੋਨੇ ਦੀ ਚੜੀ ਕਿਹਾ ਜਾਂਦਾ ਸੀ। ਹੁਣ ਤਾਂ ਸਾਡੇ ਲੀਡਰਾਂ ਆਗੂ ਕਰਕੇ ਸਾਡੇ ਬੱਚੇ ਅਜੇ ਇੱਥੇ ਇਹਨਾਂ ਦੀਆਂ ਗਲਤੀਆਂ ਕਰਕੇ ਬਾਹਰ ਜਾ ਰਹੇ ਨਹੀਂ ਤੇ ਲੋਕੀ ਅੰਗਰੇਜ਼ ਇੱਥੇ ਆਣ ਕੇ ਕਬਜ਼ਾ ਕਿਉਂ ਕਰਦਾ? ਚੋਰੀ ਉਸ ਘਰ ਵਿੱਚ ਹੁੰਦੀ ਜਿੱਥੇ ਕੋਈ ਖਜ਼ਾਨਾ ਹੋਵੇ। ਜਿੱਥੇ ਹੈ ਹੀ ਕੁਝ ਨਹੀਂ ਉਹਦੀ ਚੋਰੀ ਕਾਦੀ ਹੋਣੀ। ਇਹ ਹੈ ਹੀ ਖਾਲੀ ਤੁਹਾਡੇ ਤੇ ਹਮਲਾਵਰ ਕਿਉਂ ਇੱਥੇ ਬਹੁਤ ਖਜ਼ਾਨਾ ਸੀ ਅਮੀਰ ਦੇਸ਼ ਸੀ ਇਹ ਪੰਜਾਬ ਇੱਥੇ ਤਾਂ ਲੋਕ ਹੀ ਆਉਂਦੇ ਰਹੇ ਇਹ ਉਪਜਾਊ ਧਰਤੀ ਸੀ ਆ ਜਿਹੜੀ ਤੁਹਾਡੀ ਪੰਜਾਬ ਦੀ ਧਰਤੀ ਹੈ ਨਾ ਇਹ ਸ਼ੁਰੂ ਤੋਂ ਉਪਜਾਊ ਗੁਰੂ ਨਾਨਕ ਦੇਵ ਜੀ ਮਹਾਰਾਜ ਹਲਵਾਇਆ ਜੀ ਇੱਥੇ ਸਭ ਕੁਝ ਹੁੰਦਾ ਸੀ ਧਰਤੀ ਤੇ ਇਹ ਅਮੀਰ ਧਰਤੀ ਹੈ ਤੇ ਬਾਹਰ ਬਾਹਰ ਤੇ ਬਾਅਦ ਤੱਕ ਕੁਝ ਖਾਣੂ ਨਹੀਂ ਸੀ ਮਿਲਦਾ ਹੁੰਦਾ ਕਾਲ ਪੈ ਜਾਂਦਾ ਸੀ ਸਭ ਤੋਂ ਦੇਸ਼ ਅਮੀਰ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਤੋਂ ਪੰਜਾਬ ਦੇਸ਼ ਹੈ ਇਹੋ ਜਿਹਾ ਦੇਸ਼ ਨਹੀਂ ਮਿਲ ਸਕਦਾ ਤੁਹਾਨੂੰ ਕਦੇ ਇੱਥੇ ਤਾਂ ਹੀ ਆਉਂਦੇ ਰੇ ਨਾ ਹਮਲਾਵਾਰ ਕੁਝ ਹੈਗਾ ਤਾਂ ਆਉਂਦੇ ਰੇ ਨਾ ਲੁੱਟਣ ਵਾਸਤੇ ਲੁੱਟੀ ਤਾਂ ਉਹ ਜਾਂਦੀ ਜਿੱਦੇ ਕੋਈ ਖਜ਼ਾਨਾ ਹੋਵੇ ਤੇ ਜਿੱਦੇ ਕੋਈ ਹੈ ਹੀ ਕੁਛ ਨੂੰ ਲੁੱਟਣਾ ਕੀ ਹੈ ਉਹਨੂੰ ਉੱਥੇ ਕਿਨੇ ਆਉਣਾ ਇੱਥੇ ਤੀ ਇਹ ਤੋਂ ਸਮਝੋ ਥੋੜਾ ਜਨਾ ਕਿਹੋ ਜਿਹਾ ਦੇਸ਼ ਹੈ بڑے بڑے ਆਏ ਉਹਨਾਂ ਦਾ ਸਾਹਮਣਾ ਕਿਨੇ ਕੀਤਾ ਜੀ ਖਾਲਸੇ ਨੇ ਜਿਹੜੀ ਸਮੇਂ ਦੀ ਸਰਕਾਰਾਂ ਵਿੱਚ ਬੈਰੀ ਬਣੀ ਬੈਠੀਆਂ ਸੀ ਜੰਗਲਾਂ ਵਿੱਚ ਰਹਿਣਾ ਪਿਆ ਘਰ-ਬਾਰ ਛੱਡਣੇ ਪਏ ਸਿੱਖੀ ਨਹੀਂ ਛੱਡੀ ਸਿਧਾਂਤ ਨਹੀਂ ਛੱਡੇ ਜੰਗਲਾਂ ਚੋਂ ਨਕਲਕੇ ਬਦਾਲੀ ਅਬਦਾਲੀ ਵਰਗੇ ਦਾ ਸਾਹਮਣਾ ਕਰਦੇ ਸੀ ਤੀਆਂ ਭੈਣਾਂ ਨੂੰ ਬਚਾ ਲੈਂਦੇ ਸੀ ਤਨ ਬਚਾ ਲੈਂਦੇ ਸੀ ਐਸੀ ਤਾਕਤ ਖਾਲਸੇ ਨੂੰ ਬਖਸ਼ਿਸ਼ ਕੀਤੀ ਗੁਰੂ ਸਾਹਿਬਾਨ ਨੇ ਹੁਣ ਜਦੋਂ ਉਹ ਜਦੋਂ ਆਉਂਦੇ ਸੀ ਤਾਂ ਪੁੱਛਦੇ ਸੀ ਵੀ ਕਿੱਥੇ-ਕਿੱਥੇ ਕੌਣ-ਕੌਣ ਕੀ-ਕੀ ਰਹਿੰਦਾ। ਉਹ ਕਹਿੰਦੇ ਐਸ ਪਾਸੇ ਮਰਹੱਟੇ ਰਹਿੰਦੇ ਨੇ, ਇਹ ਲੜਨਾ ਬੜਾ ਜਾਣਦੇ ਨੇ। ਕਹਿੰਦੇ ਕਿੰਨਾ ਕ ਲੜਨਾ ਜਾਣਦੇ ਨੇ? ਕਿਉਂਕਿ ਜਿਹੜਾ ਹਮਲਾਵਾਰ ਆਉ ਉਹ ਪਹਿਲਾਂ ਸੀਐਡੀ ਲੈਂਦਾ ਉਹ ਵੀ ਕਿੱਥੇ-ਕਿੱਥੇ ਕੀ ਹੈ। ਉਹ ਕਹਿੰਦੇ ਜੀ ਮਰਹੱਟੇ ਨੇ ਮਰ ਕੇ ਪਿੱਛੇ ਹਟਦੇ ਆ। ਕਹਿੰਦੇ ਅੱਛਾ। ਕਹਿੰਦੇ ਆਪ ਇੱਕ ਪੰਜਾਬ ਵਿਦੇਸ਼ ਆਇਦਰ। ਪਰ ਇੱਧਰ ਨੂੰ ਤਾਂ ਬਿਲਕੁਲ ਨਾ ਜਾਇਓ ਕਿਤੇ। ਕਹਿੰਦੇ ਵੀ ਇੱਧਰ ਕੌਣ ਰਹਿੰਦੇ ਆ ਕਹਿੰਦੇ ਇਹ ਸਿੱਖ ਰਹਿੰਦੇ ਨੇ ਕਹਿੰਦੇ ਵੀ ਇਹ ਕਿੰਨਾ ਕੁ ਲੜਦੇ ਆ ਕਹਿੰਦੇ ਵੀ ਮਰਾਟੇ ਤੇ ਮਰ ਕੇ ਪਿੱਛੇ ਹਟ ਜਾਂਦੇ ਨੇ ਇਹ ਕਹਿੰਦੇ ਸਿੱਖ ਕੋਮ ਇਹੋ ਜੀ ਐ ਕਹਿੰਦੇ ਮਰ ਕੇ ਵੀ ਪਿੱਛੇ ਨਹੀਂ ਹਟਦੇ ਆਖੋ ਸਤਨਾਮ ਇਹ ਮਰ ਕੇ ਵੀ ਨਾ ਇਹ ਸਿਰ ਲੈ ਜੇ ਤੇ ਤਲੀ ਤੇ ਰੱਖ ਲੈਂਦੇ ਨੇ ਕਿਤੇ ਭਲੇਖੇ ਜਨ ਨਾ ਜਾਇਓ ਇਹ ਮਰ ਕੇ ਵੀ ਪਿੱਛੇ ਨਹੀਂ ਜੇ ਹਟਦੇ ਇਹਨਾਂ ਨੂੰ ਨਹੀਂ ਮੋਤਾ ਸਕਦੀ ਇਹੋ ਜੀ ਕੌਮ ਸਾਜੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹੋ ਜੀ ਤਾਕਤ ਤੁਹਾਡੇ ਅੰਦਰ ਭਰੀ ਗੁਰੂ ਸਾਹਿਬ ਐਸੇ ਸ਼ੁਭ ਗੁਣ ਭਰੇ ਪੰਜ ਗੁਣ ਗੁਰੂ ਸਾਹਿਬ ਜੀ ਕਿਰਪਾ ਕਰਨ ਅਸੀਂ ਸਿਧਾਂਤ ਨਾਲ ਜੁੜੀਏ ਬਾਣੀ ਨਾਲ ਜੁੜੀਏ ਸਾਨੂੰ ਸਮਝ ਲੱਗ ਜੇ ਕਿੱਡੀ ਵੱਡੀ ਦਾ ਤੁਨ ਗੁਰੂ ਸਾਹਿਬ ਨੇ ਦਿੱਤੀ ਹੈ ਅੱਜ ਬੜੇ ਦੁੱਖ ਨਾਲ ਗਹਿਣਾ ਪੈਂਦਾ ਅਸੀਂ ਸਿੱਖੀ ਮਤਲਾਂਜਲੀ ਦੇ ਕੇ ਅੱਜ ਪਤਾ ਨਹੀਂ ਕੀ ਬਣਨਾ ਚਾਹੁੰਨੇ ਆ ਕੁਛ ਨਹੀਂ ਬਣ ਸਕਦੇ ਅਸੀਂ ਸਿੱਖੀ ਤੋਂ ਬਿਨਾ ਗੁਰੂ ਤੋਂ ਬਿਨਾ ਕੁਛ ਨਹੀਂ ਬਣ ਸਕਦੇ ਕੋਈ ਨਾ ਨਹੀਂ ਹੋਣਾ ਸਾਡਾ ਇਹ ਸਭ ਕੁਝ ਗੁਰੂ ਦੀ ਕਿਰਪਾ ਨਾਲ ਹੀ ਹੋਣਾ ਹੈ ਗੁਰੂ ਦੀ ਕਿਰਪਾ ਲਓ ਬਖਸ਼ਿਸ਼ ਲਓ ਬਹੁਤ ਵੱਡੀਆਂ ਦਾਤਾਂ ਤੁਹਾਨੂੰ ਗੁਰੂ ਨੇ ਬਖਸ਼ਿਸ਼ ਕੀਤੀਆਂ ਨੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਸ ਉਤਚਾਰ ਚਾਰ ਮੋਏ ਤੇ ਕੀ ਆ ਹੁਆ ਜੀਵਤ ਕਈ ਹਜ਼ਾਰ ਜਿਹੜੇ ਆਪਣੇ ਚਾਰ ਪੁੱਤ ਗੰਦੀ ਪੁੱਤ ਚਾਰ ਜਿਹੜੇ ਤੁਹਾਡੇ ਤੋਂ ਤੁਹਾਡੇ ਹੱਕ ਲੈਣ ਵਾਸਤੇ ਤੁਹਾਡਾ ਭਲਾ ਕਰਨ ਵਾਸਤੇ ਤੁਹਾਨੂੰ ਆਜ਼ਾਦੀ ਦੇਣ ਵਾਸਤੇ ਆਪਣੇ ਪੁੱਤਾਂ ਨੂੰ ਸ਼ਹੀਦ ਹੁੰਦੇ ਨੇ ਦੋ ਚਮਕੌਰ ਦੀ ਗੜੀ ਵਿੱਚ ਦੋ ਸਰਹਿੰਦ ਦੀ ਧਰਤੀ ਤੇ ਤੇ ਇਹ ਗੱਲ ਕਹਿਣੀ ਕਿ ਚਾਰ ਸ਼ਹੀਦ ਹੋ ਗਏ ਤੇ ਕੀ ਹੋ ਗਿਆ ਆ ਜਿਹੜਾ ਖਾਲਸਾ ਪੁੱਤਰ ਹੈ ਆਪਣੇ ਵਾਰ ਕੀ ਸਾਨੂੰ ਆਪਣੇ ਬਣਾਉਣਾ ਕੋ ਲੱਭੋ ਹੈ ਉਹ ਜੇ ਦੁਨੀਆ ਵਿੱਚ ਹੋਇਆ ਹੋਇਆ ਕੋਈ ਆਪਣੇ ਪੁੱਤ ਸ਼ਹੀਦ ਕਰਵਾ ਕੇ ਤੇ ਸਾਨੂੰ ਆਪਣੇ ਪੁੱਤ ਬਣਾਉਂਦਾ ਹੋਵੇ ਹੈਗਾ ਕੋ ਦੁਨੀਆ 'ਚ ਲੱਭੋ ਆਸਾਨੀ ਤਾਂ ਯੋਗੀ ਯਾਰ ਅੱਲਾ ਖਾ ਕਹਿੰਦਾ ਦੁਨੀਆ ਦੇ ਲੋਗੋ ਲੱਭੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਸਾਨੀ ਕੋਈ ਬਰਾਬਰੀ ਕਰਨ ਵਾਲਾ ਹੈ ਦੁਨੀਆ ਵਿੱਚ ਦੱਸੋ ਲਿਆ ਕੇ ਮੈਨੂੰ ਇਤਿਹਾਸ ਕੋਈ ਤਾਂ ਲਿਖਦਾ ਉਹ ਕਹਿੰਦਾ ਨਾ ਕਹੂੰ ਅੱਬ ਕੀ ਨਾ ਕਹੂੰ ਤੱਬ ਕੀ ਗੱਲ ਕਰੂੰ ਮੈਂ ਅੱਬ ਕੀ ਅਗਰ ਜੇ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੁੰਦੀ ਸਭ ਕੀ ਸ੍ਰਾਮ ਵਾਲਿਆਂ ਉਹਨੂੰ ਪੰਥ ਚੋਂ ਛੇਕ ਦਿੱਤਾ ਸੀ ਇੰਨੀ ਸਿਫਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਹ ਕਹਿੰਦਾ ਲਿਖਾਂ ਕਿਉਂ ਨਾ ਮੈਨੂੰ ਦੱਸੋ ਲਿਆ ਕੇ ਇਤਿਹਾਸ ਦੁਨੀਆ ਦਾ ਰੱਖੋ ਮੇਰੇ ਅੱਗੇ ਕੋਈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਨੀ ਕੋ ਬਰਾਬਰੀ ਕਰਨ ਵਾਲਾ ਹੋਵੇ ਤਾਂ ਮੈਂ ਉਹਦੀ ਵੀ ਲਿਖ ਦੇਣਾ ਹੈ ਹੀ ਕੋਈ ਨਹੀਂ ਉਹ ਦਾਨੀ ਬੜੇ ਹੋਏ ਪੁੱਤਰਾਂ ਦਾ ਦਾਨੀ ਕੋਈ ਨਹੀਂ ਆਪਣੇ ਵਾਸਤੇ ਸਭ ਲੜਦੇ ਰਹੇ ਉਹ ਕਿਤੇ ਗਰੀਬਾਂ ਵਾਸਤੇ ਵੀ ਕੋ ਲੜਿਆ ਇਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੀ ਸਿਆਆ ਹੈ ਉਹ ਕਹਿੰਦੇ ਪੰਥ ਵਸੇ ਮੈਂ ਉਹ ਜਿਹੜਾ ਮਨ ਚਾਹੋ ਹਨੇਰਾ ਮੇਰਾ ਪੰਥ ਚੜ੍ਹਦੀ ਕਲਾ ਵਿੱਚ ਹੋਣਾ ਚਾਹੀਦਾ ਸਾਨੂੰ ਆਪਣੇ ਬਣਾਇਆ ਐ ਐਸੀ ਕਿਰਪਾ ਤੁਹਾਡੇ ਤੇ ਕੀਤੀ ਹੈ ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਣੀ ਉਹਦੇ ਪੁੱਤ ਬਣੀਏ ਸਹਬਜ਼ਾਦਿਆਂ ਦੇ ਭਰਾ ਬਣ ਜੀਏ ਉਹਦੀਆਂ ਬਖਸ਼ਿਸ਼ਾਂ ਲੈਣੀਆਂ ਦੇ ਨਹੀਂ ਦੇ ਸਕਦੇ ਬੜਾ ਵੱਡਾ ਕਰਜ਼ਾ ਸਾਡੇ ਸਿਰ 'ਐ ਕਰੋੜਾਂ ਜਨਮ ਲੈ ਲਓ ਤਾਂ ਵੀ ਦੱਥਣਾ ਨਹੀਂ ਪਰ ਜੀ ਉਹ ਭਾਵਨਾ ਨਾਲ ਸਿੱਖੀ ਵਿੱਚ ਆ ਜਾਓ ਬਾਣੀ ਬਾਣੇ ਨਾਲ ਜੁੜ ਜਿਏ ਪਿਆਰ ਕੀਤੇ ਆ ਉਹਦੀ ਬਖਸ਼ਿਸ਼ ਰੂ ਮਿਲੇਗੀ ਗੁਰੂ ਸਾਹਿਬ ਦੀ ਕਿਰਪਾ ਕਰਦੇ ਉਹਨਾਂ ਦਾ ਪ੍ਰਕਾਸ਼ ਦਿਹਾੜਾ ਤੁਸੀਂ ਮਨਾ ਰਹੇ ਹੋ ਆ ਦੇਖੋ ਸੋਹਣੇ ਦਰਬਾਰ ਸਜੇ ਹੋਏ ਤਾਂ ਮੈਂ ਬੇਨਤੀ ਕਰਦਾ ਹੁਣਾਂ ਦੇਖੋ ਜਿਹੜੇ ਸੱਚ ਨੂੰ ਮਟਾਉਣ ਦਾ ਯਤਨ ਕਰਦੇ ਰੰਗ ਜੇ ਵਰਗੇ ਵਜ਼ੀਰ ਖਾਂ ਵਰਗੇ ਫੇ ਰਹਿ ਨਹੀਂ ਦੇਣਾ ਲੈਂਦਾ ਕੋ ਨਾਮ ਹੈ ਨਾਮੋ ਨਿਸ਼ਾਨ ਕੋਈ ਰਿੰਦਾ ਨਾ ਕੋਈ ਉਹ ਸੱਚ ਨੂੰ ਮਟਾਓਗੇ ਤੇ ਮਿਟੋਗੇ ਜਹਾਂ ਸੇ ਗੁਰੂ ਸਾਹਿਬ ਜੀ ਦੇ ਦਰਬਾਰ ਤੇ ਅੱਜ ਵੀ ਸੱਜੇ ਨੇ ਜਿਵੇਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੱਜਦੇ ਐਦਾਂ ਸੱਜਦੇ ਨੇ ਹੁਣ ਵੀ ਤੇ ਗਾਂ ਨੂੰ ਐਦਾਂ ਸੱਜਣੇ ਨੇ ਸਦਾ ਹੀ ਸੱਜਣੇ ਨੇ ਇਹ ਕੋਈ ਨਹੀਂ ਮਿਟਾ ਸਕਦਾ ਸੱਚ ਨੂੰ ਇੱਦਾਂ ਸਜਦੇ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ 2.5 ਲੱਖ ਦੀ ਚਾਨਣੀ ਲੱਗਦੀ ਸੀ ਗੁਰੂ ਸਾਹਿਬਾਂ ਦੀ ਸੀਸ ਤੇ ਸਜਦੀ ਸੀ ਔਰੰਗਜ਼ੇਬ ਕੋ ਨਹੀਂ ਸੀ ਭੀਮਚੰਦ ਪਹਾੜੀ ਰਾਜੇ ਛੜਦੇ ਸੀ ਦੇਖ ਕੇ ਨੀ ਇਹੋ ਜੇ ਜਦੋਂ ਦਰਬਾਰ ਸਜਦੇ ਸੀ ਗੁਰੂ ਸਾਹਿਬਾਂ ਦੇ ਪ੍ਰਸਾਦੀ ਹਾਥੀ ਚੌਰ ਕਰਦਾ ਸਪੰਜ ਕਲਾ ਸ਼ਾਸਤਰ ਹੈ ਲੱਖਾਂ ਦੀ ਚੌਂਕੀ ਜਿਹਦੇ ਤੇ ਗੁਰੂ ਚਰਨ ਧਰਦੇ ਨੇ ਲੱਖਾਂ ਕਲਗੀਆਂ ਸੀਸ ਤੇ ਸਜਦੀਆਂ ਲੱਖਾਂ ਦੀ ਕਿਰਪਾਨ ਘਾਤਰੇ ਸਜਦੀ ਹੈ ਸੋਹਣੇ ਸੋਹਣੇ ਬਸਤਰ ਇਹੋ ਜੀਆਂ ਚੀਜ਼ਾਂ ਵੇਖ ਕੇ ਇਨੀ ਸ਼ਾਨੋ ਸ਼ੌਕ ਦੇਖ ਕੇ ਤੇ ਰਾਜੇ ਵੀ ਜਿਹੜੇ ਸੀ ਸ਼ਰਮਸ਼ਾਰ ਹੋ ਜਾਂਦੇ ਸੀ ਠਿੱਕੇ ਪੈ ਜਾਂਦੀ ਸੀ ਭੀਮਚੰਦ ਜਿੱਥੋਂ ਦਾ ਨਦਪੁਰ ਸਾਹਿਬ ਦੀ ਜੰਗ ਹੋਈ ਆਇਆ ਗੁਰੂ ਦੇ ਦਰਬਾਰ ਵਿੱਚ ਸੱਜਿਆ ਹੋਇਆ ਦਰਬਾਰ ਦੇਖ ਕੇ ਇੰਨਾ ਪ੍ਰਭਾਵਿਤ ਹੋ ਗਿਆ ਪਹਿਲਾਂ ਕਿ ਮੈਂ ਇਹਨਾਂ ਦਾ ਸਿੱਖ ਬਣ ਜਾ ਜਦੋਂ ਵਾਪਸ ਗਿਆ ਮਨ ਵਿੱਚ ਕਪਟ ਆ ਗਿਆ ਕਿ ਪ੍ਰਸਾਦੀ ਹਾਥੀ ਪੰਜ ਕਲਾ ਸ਼ਾਸਤਰ بڑے ਹਾਥੀ ਕੋੜੇ ਜਵਾ ਰਾਤ ਬਹੁਤ ਧਨ ਪਦਾਰਥ ਨੇ ਗੁਰੂ ਸਾਹਿਬਾਂ ਦੇ ਕੋਲ ਜੇ ਕਿਤੇ ਮੇਰੇ ਹੋ ਜਾਣੇ ਲਾਲਚੀ ਹੋ ਗਿਆ ਕੁੱਤਾ ਜਦੋਂ ਹਲਕ ਜਾਂਦਾ ਨਾ ਫਿਰ ਆਪਣੇ ਨੂੰ ਵੱਡਾ ਹਲਕ ਗਿਆ ਭੀਮ ਚੰਦ ਕਲੂਰ ਦਾ ਰਾਜਾ ਬਾਈ ਤਾ ਰਾਜੇ ਸਭ ਤੋਂ ਵੱਡਾ ਰਾਜਾ ਸੀ ਇਹ ਚੀਜ਼ਾਂ ਮੰਗਦਾ ਰਿਹਾ ਗੁਰੂ ਸਾਹਿਬ ਜੀ ਨੂੰ ਬਹਾਨੇ ਨਾਲ ਕਦੀ ਉਹਨੇ ਆਪਣੇ ਪੁੱਤਰ ਦੇ ਮੰਗਣੀ ਦੀ ਗੱਲ ਕੀਤੀ ਵਿਰਾਜ ਆਉਣਾ ਮੇਰੇ ਪੁੱਤ ਦੀ ਮੰਗਣੀ ਹੈ ਇਹ ਇਹ ਚੀਜ਼ਾਂ ਜਿਹੜੇ ਤੁਹਾਡੇ ਦਰਬਾਰ ਵਿੱਚ ਸੁਭਧੀਆਂ ਨੇ ਨਾ ਜਿਹੜੀਆਂ ਅਜੀਬ ਚੀਜ਼ਾਂ ਨੇ ਇਹ ਸੁਗਾਤਾਂ ਜਿਹੜੀਆਂ ਦੁਨੀਆ ਵਿੱਚੋਂ ਪੈਸੇ ਦੇ ਕੇ ਵੀ ਨਹੀਂ ਮਿਲਦੀਆਂ ਇਹ ਕਿਤੇ ਮੇਰੇ ਘਰ ਵਿੱਚ ਆ ਜਾਣ ਤੇ ਮੇਰੇ ਕੁੜਮ ਕਹਣਗੇ ਵਾਕੀ ਭੀਮਚੰਦ ਰਾਜਾ ਬਹੁਤ ਵੱਡਾ ਰਾਜਾ ਤਾਂ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਸੰਗਤ ਦੀ ਵਸਤੂ ਹੈ ਇਹ ਚੀਜ਼ਾਂ ਸੰਗਤ ਦੀਆਂ ਨੇ ਗੁਰੂ ਘਰ ਦੀਆਂ ਨਹੀਂ ਦੇ ਸਕਦੇ ਪਤਾ ਸੀ ਗੁਰੂ ਸਾਹਿਬ ਜੀ ਉਹ ਕਹਿੰਦਾ ਛੇਕ ਵਾਰੀ ਮੰਗ ਕੇ ਲਿਆਓ ਆਤਾ ਬਾੜੀਆਂ ਪਈਆਂ ਸੀ ਨਾ ਰਾਜਿਆਂ ਨੂੰ ੱੱੱਕੇ ਨਾਲ ਲੋਕਾਂ ਦੀਆਂ ਚੀਜ਼ਾਂ ਖੋਹ ਲੈਣੀ ਜਿਹੜੀ ਚੰਗੀ ਲੱਗਣੀ ਭੀਮਚੰਦ ਕਹਿੰਦਾ ਪੰਮੇ ਵਜ਼ੀਰ ਨੂੰ ਵੀ ਬਹਾਨਾ ਮਾਰ ਕੇ ਗੁਰੂ ਸਾਹਿਬ ਜੀ ਕੋਲੋਂ ਕੀਮਤੀ ਵਸਤੂਆਂ ਇੱਕ ਵਾਰੀ ਲੈਵੋ ਤੇ ਫਿਰ ਕਿੰਨੇ ਦੇਣੀਆਂ ਤੇ ਕਿੰਨੇ ਲੈਣੀਆਂ ਅਸੀਂ ਮੁੜ ਕੇ ਵਾਪਸ ਨਹੀਂ ਕਰਾਂਗੇ ਆਤਾ ਬਾੜੀਆਂ ਸੀ ਨਾ ਯਾ ਤਾਂ ਸੁਧਾਰੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰਾਜਿਆਂ ਦੀ ਬਾੜੀਆਂ ਆਤਾ ਜਿਹੜੀਆਂ ਪਈਆਂ ਸੀ ਇਹਨਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਇਹ ਨਹੀਂ ਵੱਲੀਆਂ ਇਹ ਗੁਰੂ ਘਰ ਦੀਆਂ ਚੀਜ਼ਾਂ ਗੁਰੂ ਘਰ ਵਿੱਚ ਰਹਿਣਗੀਆਂ ਉਹਨੇ ਦਬਕਾ ਮਾਰਿਆ ਜਿਵੇਂ ਆਤਾ ਹੁੰਦੀ ਹੈ ਨਾ ਰਾਜਿਆਂ ਨੂੰ ਮਾਰਨ ਵਾਲੀ ਸਰਕਾਰਾਂ ਨੂੰ ਉਹ ਕਹਿੰਦਾ ਵੀ ਜਾਂ ਤਾਂ ਫਿਰ ਵਸਤੂਆਂ ਦੇ ਦਿਓ ਜਾਂ ਲੜਨ ਵਾਸਤੇ ਤਿਆਰ ਹੋ ਜਾਓ ਪਤਾ ਵੀ ਮਰਦ ਬੈਠੇ ਨੇ ਅੱਗੇ ਮਰਦ ਬੈਠਾ ਵਾ ਪ੍ਰਗਟਿਓ ਮਰਦੋ ਗੰਬੜਾ ਬਰਿਆਮ ਇਕੱਲਾ ਉਹ ਦਬਕਾ ਇਹਨੂੰ ਥੋੜਾ ਦਰਦੇ ਦਬਕਾ ਮਾਰਨ ਦਾ ਯਤਨ ਕੀਤਾ ਤੇ ਗੁਰੂ ਸਾਹਿਬ ਜੀ ਨੇ ਫਿਰ ਸੁਨੇਹਾ ਭੇਜ ਦਿੱਤਾ ਚਿੱਠੀ ਭੇਜੀ ਕਹਿੰਦੇ ਵਜ਼ੀਰ ਖਾਂ ਅਤੂੰ ਸਮਝਦਾ ਮੇਰੇ ਕੋਲ ਵੱਡੀ ਫੌਜ ਹੈ ਮੈਂ ਦਬਕਾ ਮਾਰ ਕੇ ਡਰਾ ਲਾਂਗਾ ਗੁਰੂ ਸਾਹਿਬ ਜੀ ਕਹਿੰਦੇ ਕਿ ਚੂੜੀਆਂ ਨਹੀਂ ਪਾਈਆਂ ਹੋਈਆਂ ਤੈਨੂੰ ਤੇਰੇ ਰੱਬ ਦੀ ਸੋ ਕਹਿੰਦੇ ਜੇ ਤਰ ਤ ਤੇ ਹਿੰਮਤ ਹੈ ਨਾ ਜੇ ਤੈਨੂੰ ਲੜਨ ਦਾ ਚਾਹ ਜ਼ਿਆਦਾ ਤੋ ਕਿ ਜੀ ਜੰਗ ਨਹੀਂ ਸੀ ਹੋਈ ਕੋਈ ਉਹਦੇ ਮਨ ਚ ਪਛਾਣਦਾ ਅਸੀਂ ਅਸੀਂ ਰਾਜ਼ੀ ਆ ਅਸੀਂ ਲੜਨਾ ਚਾਹਂਦੇ ਸਾਡੇ ਕੋਲ ਫੌਜ ਹੈ ਸਾਡੇ ਕੋਲ ਸ਼ਸਤਰ ਨੇ ਇਹ ਡਰ ਜਾਣਗੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਫਿਰ ਸੂਰ ਡੁੱਬਨ ਤੋਂ ਪਹਿਲਾਂ ਪਹਿਲਾਂ ਜੰਗ ਦੇ ਮੈਦਾਨ 'ਚ ਆ ਜਾ ਜੇ ਤੈਨੂੰ ਚਾਹ ਲੜਨ ਦਾ ਤੇ ਉਹ ਵੀ ਲਾ ਦੀਏ ਤੇਰਾ ਕਦੇ ਭਲੇਖੇ 'ਚ ਨਾ ਰਹੀਂ ਦਬਕਾ ਮਾਰਦਾ ਸਾਨੂੰ ਤੱਕੇ ਨਾਲ ਸਾਡੀਆਂ ਵਸਤੂਆਂ ਖੋਣੀ ਚਾਹੁੰਨ ਤੱਕਾ ਨਹੀਂ ਹੁ ਤੱਕਾ ਪਹਿਲਾਂ ਨਹੀਂ ਹੋਣ ਦਿੱਤਾ ਹੁਣ ਵੀ ਨਹੀਂ ਹੋਣ ਦੇਵਾਂਗੇ ਤੱਕੇ ਦੇ ਖਿਲਾਫ ਲੜਨ ਵਾਸਤੇ ਤੁਸੀਂ ਆਏ ਸਾਡਾ ਤਾਂ ਮਕਸਦ ਇਹ ਤੱਕਾ ਨਹੀਂ ਹੋਣ ਦੇਣਾ ਜ਼ੁਲਮ ਨਹੀਂ ਹੋਣ ਦੇਣਾ ਅਤਿਆਚਾਰ ਨਹੀਂ ਹੋਣ ਇਨਸਾਫ ਕਰਨਾ ਹੈ ਹੱਕ ਤੇ ਸੱਚ ਦੀ ਆਵਾਜ਼ ਠਾਉਣੀ ਹੈ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਾਨ ਸ਼ਾਹ ਗੁਰੂ ਗੋਬਿੰਦ ਸਿੰਘ ਤਨ ਗੁਰ ਗੋਬਿੰਦ ਸਿੰਘ ਤੇ ਡਰਦਾ ਭੀਮਚੰਦ ਉਹ ਸਲਾਹ ਕਰਾਂ ਸਲਾਹ ਦਿੱਤੀ ਉਹ ਕਹਿੰਦੇ ਦਬਕਾ ਤੇ ਮਾਰ ਬੈਠਾਂਗੇ ਤੇ ਭਲੇਖੇ ਚ ਨਾ ਰਹੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਡਰ ਕੇ ਭੱਜਣਗੇ ਲੜਨਗੇ ਜੰਗ ਦੇ ਮੈਦਾਨ ਵਿੱਚ ਸ਼ੂਰਮੇ ਨੇ ਉਹ ਕੋ ਜਰਨੈਲ ਨੇ ਤੇ ਘਰ ਵਿੱਚ ਪੁੱਤ ਦਾ ਵਿਆਹ ਇੱਕ ਦੋ ਬੰਦੇ ਮਰ ਗਏ ਸੋਗ ਪੈ ਜਾਗਾ ਘਰ ਵਿੱਚ ਚੁੱਪ ਕਰਕੇ ਬੈਠ ਜਾ ਉਹਦੀ ਹਿੰਮਤ ਨਹੀਂ ਹੋਈ ਮੁੜ ਕੇ ਜੰਗ ਦੇ ਮੈਦਾਨ ਵਿੱਚ ਆਉਣ ਦੀ ਇਹੋ ਜੀ ਮਰਦਾਂ ਗੰਬੜੇ ਤਨ ਗੁਰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਹੋ ਜੇ ਦਰਬਾਰ ਸੋਭਦੀ ਸੀ ਜਿਹੜੇ ਅੱਜ ਤੁਸੀਂ ਦੇਖ ਰਹੇ ਹੋ ਗੁਰੂ ਸਾਹਿਬਾਂ ਦੀ ਬਖਸ਼ਿਸ਼ ਛੜਦੀ ਕਲਾ ਸੋ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਲੋੜ ਹੈ ਸਮੇਂ ਦੀ ਅੱਜ ਜੁੜੋ ਖੰਡੇ ਦੀ ਪਾულ ਛਕੋ ਬਾਣੀ ਤੇ ਬਾਣੀ ਨਾਲ ਜੁੜੋ ਇਤਿਹਾਸ ਪੜੋ ਆਪਣਾ ਤਾੜਾ ਅਮੀਰ ਵਿਸਾ ਹੈ ਤੁਹਾਨੂੰ ਗਰੀਬ ਨਹੀਂ ਤੁਸੀਂ ਪਾਤਸ਼ਾਹ ਦੇ ਪੁੱਤਰ ਤੁਹਾਨੂੰ ਗਰੀਬ ਨਹੀਂ ਬਣਾਇਆ ਇਹ ਸਾਡੀਆਂ ਕਮੀਆਂ ਕਰਕੇ ਸਾਡੀ ਗਰੀਬੀ ਹੈ ਗੁਰੂ ਸਾਹਿਬ ਜੀ ਬਖਸ਼ਿਸ਼ਾਂ ਕਰਦੇ ਬਖਸ਼ਿਸ਼ਾਂ ਲਓ ਜੋ ਗੁਰੂ ਸਾਹਿਬਾਨੀ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ ਵਖਰੀ ਅਰਥ ਕਰਕੇ ਸਮਾਪਤੀ ਕਰੀਏ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਤਿਲੰਗ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਤੀਸਰੇ ਘਰ ਸੁਰਤਾਲ ਅੰਦਰ ਸ਼ਬਦ ਨੂੰ ਗਉਣ ਦੀ ਤਗੀਦ ਕਰਦੇ ਨੇ ਸ਼ਬਦ ਤੋਂ ਪਹਿਲਾਂ ਮੰਗਲ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਉਹਦੇ ਵਰਗਾ ਕੋਈ ਦੂਸਰਾ ਨਹੀਂ ਤੇ ਸੱਚੇ ਗੁਰੂ ਦੀ ਕਿਰਪਾ ਨਾਲ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਉਸ ਇੱਕ ਦੀ ਪ੍ਰਾਪਤੀ ਹੁੰਦੀ ਹੈ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਗੁਰੂ ਸਾਹਿਬ ਜੀ ਕਹਿੰਦੇ ਜਿਸ ਮਨੁੱਖ ਨੇ ਇਸ ਆਪਣੇ ਤਨ ਨੂੰ ਆਪਣੇ ਮਨ ਨੂੰ ਮਾਇਆ ਦੇ ਰੰਗ ਵਿੱਚ ਰੰਗ ਲਿਆ ਜਿਨੇ ਸਮਝ ਲਿਆ ਕਿ ਮਾਇਆ ਹੀ ਸਭ ਕੁਝ ਹੈ ਪੁਰ ਸਾਭ ਜੀ ਕਹਿੰਦੇ ਇਹੋ ਤਨ ਮਾਇਆ ਪਾਇਆ ਮਾਇਆ ਦੀ ਪਾ ਲੱਗ ਗਈ ਜਿੰਨੂੰ ਪਰਮਾਤਮਾ ਦੇ ਨਾਮ ਦੀ ਪਾ ਨਹੀਂ ਪਾ ਤੇ ਪਰਮਾਤਮਾ ਦੇ ਨਾਮ ਦੀ ਲਾਉਣੀ ਰੰਗ ਨਾਮ ਦਾ ਚੜਨਾ ਇਹਨੂੰ ਮੰਨੂ ਪਰ ਮਾਇਆ ਦਾ ਚੜ ਗਿਆ ਨਕਲੀ ਚੀਜ਼ ਦਾ ਚੜ ਗਿਆ ਜ਼ਹਿਰ ਹੁਣ ਜ਼ਹਿਰ ਕਿਸੇ ਨੂੰ ਖਵਾ ਦਿਓ ਤੇ ਉਹਦੀ ਮੌਤ ਹੋ ਤੜਫ ਤੜਫ ਕੇ ਮਰ ਜਾਂਦਾ ਨੂੰ ਸੁਖੀ ਤੇ ਨਹੀਂ ਹੋ ਸਕਦਾ ਮਾਇਆ ਯਹਿਰ ਹੈ ਰੱਬ ਨਾਲੋਂ ਟੁੱਟ ਕੇ ਜਿਹੜਾ ਮਾਇਆਤ ਜੁੜ ਗਿਆ ਸਮਝੋ ਆਤਮਿਕ ਮੌਤੇ ਮਰ ਗਿਆ ਗੁਰੂ ਸਾਹਿਬ ਜੀ ਕਿੰਨੀ ਤੜਾ ਲੱਭ ਰੰਗਾਏ ਤੇ ਫਿਰ ਲੱਭਦੇ ਨਾਲ ਕੋਈ ਲੱਭ ਲਾਲਚ ਕਰਲੇ ਮਾਇਆ ਦਾ ਹੋਰ ਜਿਵੇਂ ਆ ਹੁਣ ਕਰ ਰਹੇ ਮੋਦੀ ਵਰਗੇ ਬਾਨੀੜਾਨੀ ਵਰਗੇ ਹੋਰ ਹੋ ਰੰਗ ਲਓ ਹੋ ਮਾਇਆ ਇਕੱਠੀ ਕਰ ਲੋ ਜੀ ਵਿਰਜ ਨਹੀਂ ਹੋਇਆ ਪਰ ਜਿਹੜਾ ਇਹ ਕਾਰੂ ਬਾਦਸ਼ਾਹ ਵੇਦਾਂ ਕਰਦਾ ਸੀ ਉਹਨੇ ਕੀ ਕੀਤਾ ਫਿਰ ਜਿਹੜੀ ਮਾਇਆ ਸੀ ਸਾਰੇ ਲੋਕਾਂ ਤੋਂ ਇਕੱਠੀ ਕਰਕੇ ਉਹਨੇ 40 ਗੰਜ ਜੋੜ ਲਈ ਸੀ ਕਰੂ ਇਹ ਮਾਇਆ ਬੜੀ ਚੀਜ਼ ਆ ਜੀ ਇਹ ਜਦੋਂ ਕਿਸੇ ਦੇ ਸਿਰ ਚੜ ਬੋਲਦੀ ਏ ਉਹ ਬੜਾ ਕੋਸ਼ ਕਰਾ ਦਿੰਦੀ ਏ ਇਹ ਬੜੀ ਪਰਬਲ ਹੈ ਉਹਨੇ ਸਾਰੇ ਇਕੱਠੀ ਕਰ ਲਈ ਸਾਰੇ ਲੋਕਾਂ ਦੇਸ਼ ਤੋਂ ਚਾਲੀ ਗੰਝ ਜੋੜ ਲਏ ਤੇ ਫਿਰ ਉਹਨੇ ਸੋਚਿਆ ਵੀ ਹੋਰ ਵੇਖੋ ਇਹੋ ਜਿਹੇ ਲੋਕਾਂ ਦਾ ਕੋਈ ਧਰਮ ਦੀਨ ਮੱਜਬ ਨਹੀਂ ਹੁੰਦਾ ਕੋਈ ਇੱਜ਼ਤ ਨਹੀਂ ਹੁੰਦੀ ਇਹਨਾਂ ਲੋਕਾਂ ਦੀ ਜਿਹੜੇ ਕੇਵਲ ਮਾਇਆ ਦੇ ਰੰਗ ਵਿੱਚ ਰੰਗੇ ਹੋਏ ਨੇ ਉਹਨੇ ਕਿਹਾ ਵੀ ਪਤਾ ਕਰਾਂ ਵੀ ਕਿੱਥੇ ਕਿੱਥੇ ਮਾਇਆ ਜੇ ਹੈਗੀ ਹੈ ਅੱਜ ਕਿੱਥੇ ਕਿੱਤੇ ਹੈ ਗਈ ਸੁਣੀਓ ਥੋੜਾ ਜਿਹਾ ਯਾ ਅੱਜ ਦੇ ਜਿਹੜੇ ਹਾਲਾਤ ਬਣੇ ਨੇ ਬਿਲਕੁਲ ਟੁੱਕਦੀ ਗੱਲ ਇਹ ਵੀ ਕਾਰੋਬਾਰ ਸ਼ਾਨਦਾਰ ਅੱਗੇ ਨਹੀਂ ਹੁਣ ਜ਼ਿਆਦਾ ਉਹਨੇ ਇਦਾਂ ਕੀਤਾ ਵੀ ਉਹਨੇ ਕਿ ਆਪਣੀ ਲੜਕੀ ਨੂੰ ਬਾਜ਼ਾਰ ਵਿੱਚ ਖਿਲਾਰ ਕੇ ਨਾ ਕਹਿੰਦਾ ਵੀ ਜਿਹੜਾ 1 ਰੁਪਿਆ ਲੈ ਕੇ ਆਊ ਉਹ ਉਹਦੇ ਨਾਲ ਮੈਂ ਆਪਣੀ ਲੜਕੀ ਦੀ ਸ਼ਾਦੀ ਕਰਾਂਗਾ ਇੱਕ ਨੌਜਵਾਨ ਬੱਚਾ ਉਹਨੇ ਖੜਾ ਕੀਤਾ ਮਾਂ ਨੂੰ ਵੀ 1 ਰੁਪਿਆ ਦੇ ਮੈਂ ਰਾਜੀ ਦੀ ਲੜਕੀ ਨਾਲ ਸ਼ਾਦੀ ਕਰਨੀ ਹੈ ਮਾਂ ਕਹਿੰਦੀ ਵੀ ਕਾਰੂ ਬਾਦਸ਼ਾਹ ਨੇ ਕਿਸੇ ਕੋਲ ਢੇਲਾ ਨਹੀਂ ਛੱਡਿਆ ਤੂੰ 1 ਰੁਪਇਆ ਮੰਗਦਾ ਚਲੋ ਜिद ਕੀਤੀ ਮਾਂ ਦਾ ਪੁੱਤ ਨਾਲ ਪਿਆਰ ਹੁੰਦਾ ਤੁਸੀਂ ਸਾਰੇ ਬੱਚਿਆਂ ਵਾਲਿਆਂ ਆਪਾ ਪੁੱਤ ਜिद ਕਰੇ ਤੇ ਔਖੇ ਔਖੇ ਚੀਜ਼ ਲੈ ਕੇ ਦੇਣੀ ਪੈਂਦੀ ਹੈ ਜिद ਜिद ਕਰ ਲਈ ਨਾ ਉਹਨੇ ਤਾਂ ਜिद ਵੈਸੇ ਮਾੜੀ ਹੁੰਦੀ ਚੰਗੀ ਨਹੀਂ ਹੁੰਦੀ ਕਹਿੰਦੇ ਉਹਨੇ ਕਿ ਆ ਬਈ ਜਿਹੜਾ ਬਾਪੂ ਮਰਿਆ ਸੀ ਇਹਦੇ ਮੂੰਹ ਦੇ ਵਿੱਚ ਰੁਪਈਆ ਜੋ ਉਹ ਸਮੇਂ ਦੀ ਜਰਿਤੀ ਰਿਵਾਜ ਹੁੰਦੀ ਸੀ ਹੁਣ ਵੀ ਕਈ ਕੁਝ ਪਾਉਂਦੇ ਆ ਉਹਦੇ ਮੂੰਗੋ ਚਰ ਪਈਆ ਪਾ ਕੇ ਤੇ ਦਫਨਾਇਆ ਸੀ ਉਹਨੂੰ ਤੇ ਜਾਂ ਫਿਰ ਜੇ ਨਹੀਂ ਰਹਿ ਸਕਦਾ ਤੇ ਆਪਣੇ ਪਿਓ ਦੀ ਕਬਰ ਉੱਪਰ ਟਕੇ ਤੇ ਰਪਈਆ ਕੱਢ ਲੈ ਉਹਨੇ ਕਬਰ ਉੱਪਰ ਟੀ ਤੇ ਰਪਈਆ ਕੱਢ ਕੇ ਲਿਆ ਗਿਆ ਬਾਦਸ਼ਾਹ ਕੋ ਚਲਾ ਗਿਆ ਕਾਰੂ ਬਾਦਸ਼ਾਹ ਕੋ ਉਹ ਕਹਿੰਦਾ ਵੀ ਲੈ ਵੀ ਚਪਈਆ ਚੱਕ ਤੇ ਆਪਣੀ ਧੀ ਦੀ شادی ਮਰਨਾ ਕਰ ਦੇ ਤੌਫਰ ਕੀਤੀ ਹੈ ਹੁਣ ਉਹ ਬੰਦਾ ਲਾਲਚੀ ਸੀ ਨਿਤੜਾ ਲਾਭ ਰੰਗਾਏ ਉਹ ਉਹ ਤੇ ਚਾਹੁੰਦਾ ਸੀ ਕਿ ਪਤਾ ਲੱਗੇ ਵੀ ਮਾਇਆ ਹੈ ਕਿੱਥੇ ਅਜੀਬ ਵੀ ਬਾਕੀ ਤੇ ਮੈਂ ਸਾਰੀ ਇਕੱਠੀ ਕਰ ਲਈ ਜਿੰਨਾਕ ਮੈਨੂੰ ਪਤਾ ਲੱਗ ਲੱਗਿਆ ਕਿੱਥੇ ਕਿੱਥੇ ਜਿੱਥੇ ਜਿੱਥੇ ਹੈਗੀ ਸੀ ਪਰ ਉਹਨੇ ਇਹ ਤਰੀਕਾ ਸੋਚਿਆ ਵੀ ਹੋਰ ਪਤਾ ਲੱਗ ਸਕਦਾ ਭਾ ਜੇ ਵੀ ਕਿੱਥੇ ਕਿੱਥੇ ਵਜੀ ਪਈ ਹੈ ਜਿਹੜੀ ਮੇਰੇ ਕੋਲ ਨਹੀਂ ਆ ਰਹੀ ਮਾਇਆ ਉਹਨੇ ਕਿਹਾ ਵੀ ਪਹਿਲਾਂ ਇਹ ਦੱਸ ਇਹ ਰੁਪਈਆ ਤੂੰ ਲੈ ਕੇ ਕਿੱਥੋਂ ਆਇਆ ਮੈਂ ਤਾਂ ਕਿਸੇ ਕੋਲ ਰੁਪਈਆ ਛੱਡਿਆ ਹੀ ਨਹੀਂ ਤੇ ਤੂੰ ਕਿੱਥੋਂ ਲੈ ਕੇ ਆਇਆ ਉਹ ਕਹਿੰਦਾ ਵੀ ਇਦਾਂ ਜਦੋਂ ਮੇਰਾ ਬਾਪੂ ਮਰਿਆ ਸੀ ਉਹਦੇ ਮੂੰਹ ਵਿੱਚ ਰੁਪਈਆ ਪਾ ਕੇ ਤੇ ਦਫਨਾਇਆ ਸੀ ਉਹਨੂੰ ਤੇ ਮੈਂ ਉਹਦੇ ਕਬਰ ਪੁੱਟ ਕੇ ਲਿਆਇਆ ਘਾਰੂ ਬਾਦਸ਼ਾ ਇੰਨਾ ਲਾਲਚੀ ਮਾਇਆ ਦਾ ਉਹ ਵਜ਼ੀਰਾ ਆਪਣੇ ਨੂੰ ਇਕੱਠਿਆਂ ਕਰਕੇ ਕਹਿੰਦਾ ਤੁਸੀਂ ਤਾਂ ਕਹਿੰਦੇ ਮਾਇਆ ਕਿੱਥੇ ਰਹੀ ਨਹੀਂ ਰਹੀ ਨਹੀਂ ਤੇ ਦੇਖੋ ਕਬਰਾਂ ਤੇ ਮਾਇਆ ਨਾਲ ਭਰੀਆਂ ਪਈਆਂ ਨੇ ਇੰਨਾ ਲਾਲਚੀ ਬੰਦਾ ਕਹਿੰਦਾ ਕਬਰਾਂ ਪੁੱਟੋ ਘਾਰੂ ਬਾਦਸ਼ਾ ਅੱਜ ਜਿਹੜੇ ਆ ਤਿੰਨ ਕਾਨੂੰਨ ਤੁਹਾਡੇ ਤੇ ਲਾਗੂ ਹੋਏ ਨੇ ਬਿਲਕੁਲ ਇਹ ਮਾਇਆ ਦੇ ਲੋਭੀ ਲਾਲਚੀਆਂ ਨੇ ਕੰਮ ਕੀਤਾ ਹੈ। ਤੇ ਦੇਖੋ ਆ ਜਿਹੜੇ ਵਿਚਾਰੇ ਕਿੱਲਾ ਕੋ ਕਿਸੇ ਕੋਲ ਕਿੱਲਾ ਦੋ ਕਿਲੇ ਚਾਰ ਕਿਲੇ ਵਾਹ ਕੇ ਪਤਾ ਪੇਟ ਪਾਲਦਾ ਆਪਣੇ ਬੱਚੇ ਪਾਲਦਾ ਕਹਿੰਦੇ ਉਹਨਾਂ ਦੀ ਵੀ ਖੋਲੋ। ਇਹ ਕਾਰੂਬਾਤ ਨੂੰ ਘਟ ਨਹੀਂ ਕਤੇ। ਕਾਰੂਬਾਦਸ਼ਾ ਨੇ ਮੁਰਦੇ ਪਟਾਤੇ ਸੀ। ਮੁਰਦੇ ਪਟਕੇ ਤੇ ਰੁਪਈਏ ਪੈਸੇ ਕਢ ਲਏ ਸੀ ਤੇ ਇੰਨਾ ਸਾਰੀ ਦੁਨੀਆ ਦਾ ਮਾਇਆ ਉਹਨੇ ਇਕੱਠਾ ਕਰ ਲਈ ਸੀ। ਮਾਇਆ ਦਾ ਲੋਭੀ ਲਾਲਚੀ ਬੰਦਾ ਕਦੀ ਨਾ ਰੱਜ ਸਕਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕਹਿ ਦਿੱਤੇ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਜੇ ਸਾਰੀ ਪੁਰੀਆਂ ਦੀ ਦੁਨੀਆ ਦੇ ਪਦਾਰਥ ਤੈਨੂੰ ਸਾਰੇ ਇੱਕ ਬੰਦੇ ਨੂੰ ਦੇ ਦੇ ਤਾ ਵੀ ਉਹ ਰੱਜਦਾ ਨਹੀਂ ਮਾਇਆ ਵਾਲੇ ਪਾਸੇ ਤੋਂ ਰੱਜ ਹੋਣਾ ਹੀ ਨਹੀਂ ਫਿਰ ਵੀ ਭੁੱਖੇ ਦਾ ਭੁੱਖਾ ਹੀ ਇਹ ਹਾਲਾਤ ਸਮੇਂ ਦੇ ਬਣੇ ਹੋਏ ਨੇ ਆਬਾਨੀਆਂ ਡਾਨੀਆਂ ਨਾਲ ਮੋਦੀ ਵਰਗਿਆਂ ਦੇ ਸਾਰੀ ਦੁਨੀਆ ਦੀ ਖਾ ਲੋ ਅਜੇ ਵੀ ਇਹਨਾਂ ਦਾ ਰੱਜ ਨਹੀਂ ਹੋਣਾ ਗੁਰੂ ਸਾਹਿਬ ਜੀ ਕਹਿੰਦੇ ਲੀਤੜਾ ਲਬ ਰੰਗਾਏ ਕਿਉਂਕਿ ਮਾਇਆ ਦੇ ਰੰਗ ਵਿੱਚ ਰੰਗੇ ਗਏ ਪਰ ਇਹ ਚੋਲਾ ਗੁਰੂ ਨੂੰ ਚੰਗਾ ਨਹੀਂ ਜੇ ਲੱਗਦਾ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਤਨ ਸੇਜ ਜਾਏ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਦੁਨੀਆਂ ਦੇ ਲੋਗੋ ਮੇਰਾ ਕੰਤ ਮੇਰੇ ਪ੍ਰਮਾਤਮਾ ਨੂੰ ਉਹ ਚੰਗੇ ਨਹੀਂ ਲੱਗਦੇ ਜਿਨ੍ਹਾਂ ਦੇ ਮਨ ਮਾਇਆ ਚ ਰੰਗੇ ਹੋਏ ਨੇ ਮਾਇਆ ਹੋਣੀ ਚਾਹੀਦੀ ਹੈ ਅਤਿਆਚਾਰ ਕਰੋ ਪਾਪ ਕਰੋ ਜੋ ਮਰਜੀ ਕਿਸੇ ਨੂੰ ਤੱਕਾ ਕਰੋ ਨਹੀਂ ਇਹ ਪ੍ਰਮਾਤਮਾ ਨੂੰ ਨਹੀਂ ਜੀ ਚੰਗਾ ਲੱਗਦਾ ਤੱਕਾ ਕਰਨਾ ਕਿਸੇ ਦੇ ਹੱਕ ਖੋਣੇ ਪ੍ਰਮਾਤਮਾ ਨੂੰ ਚੰਗਾ ਨਹੀਂ ਲੱਗਦਾ ਉਹਦੀ ਰਜਾ ਵਿੱਚ ਰਹਿਣਾ ਉਹਨੂੰ ਪਿਆਰ ਕਰਨਾ ਹੀ ਉਹਨੂੰ ਚੰਗਾ ਲੱਗਦਾ ਕਿਉਂ ਤਨ ਸੇਜਿਆ ਜਾਏ ਤੇਰੇ ਹਿਰਦੇ ਰੂਪੀ ਸੇਜਾ ਤੇ ਪ੍ਰਮਾਤਮਾ ਦੀ ਤੈਨੂੰ ਕਦੀ ਪ੍ਰਾਪਤੀ ਨਹੀਂ ਹੋ ਸਕਦੀ ਹਉ ਕੁਰਬਾਨ ਜਾਉ ਮਿਹਰਵਾਨਾ ਹਉ ਕੁਰਬਾਨ ਜਾਉ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਤੋਂ ਕੁਰਬਾਨ ਜਾਂਨੇ ਆਂ ਉਹਨਾਂ ਸਿੱਖਾਂ ਤੋਂ ਕਿੰਨਾ ਤੋਂ ਕੁਰਬਾਨ ਜਾਣੇ ਆ ਜੀ ਹਉ ਕੁਰਬਾਨ ਜਾਉ ਤਨਾ ਕੈ ਲੈਨ ਜੋ ਤੇਰਾ ਨਾਮ ਪ੍ਰਮਾਤਮਾ ਵਾਹਿਗੁਰੂ ਜਿਹੜਾ ਤੇਰਾ ਨਾਮ ਲੈਂਦੇ ਨੇ ਮਾਇਆ ਦਾ ਨਹੀਂ ਉਹ ਮਾਇਆ ਦੇ ਰੰਗ ਵਿੱਚ ਰੰਗੇ ਨਹੀਂ ਤੇਰੇ ਰੰਗ ਵਿੱਚ ਜਿਹੜੇ ਰੰਗੇ ਹੋਏ ਨੇ ਉਹਨਾਂ ਤੋਂ ਸਦਕੇ ਜਾਣੇ ਆ ਲੈਨ ਜੋ ਤੇਰਾ ਨਾਮ ਤਨਾ ਕਹਿ ਹਉ ਸਦ ਕੁਰਬਾਨ ਜਾਉ ਸਦਕੇ ਜਾਣੇ ਆ ਜਿਹੜੇ ਤੇਰਾ ਨਾਮ ਲੈਂਦੇ ਨੇ ਦੇਨੂ ਯਾਦ ਕਰਦੇ ਤੇਰੇ ਰੰਗ ਵਿੱਚ ਰੰਗੇ ਹੋਏ ਨੇ ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ ਕਾਇਆ ਰੰਗਣ ਜੇਥੀਆ ਪਿਆਰੇ ਪਾਈਆ ਨਾਉ ਮਜੀਠ ਕਾਇਆ ਰੰਗਣ ਇਹ ਕਾਇਆ ਸਰੀਰ ਜਿਹਨੇ ਰੰਗ ਲਿਆ ਗੁਰੂ ਸਾਹਿਬ ਜੀ ਕਹਿੰਦੇ ਜੇਥੀਆ ਪਿਆਰੇ ਪਾਈਆ ਨਾਉ ਮਜੀਠ ਮਜੀਠ ਦਾ ਰੰਗ ਪੱਕਾ ਰੰਗ ਹੁੰਦਾ ਕਸੂਮਬੜੇ ਦਾ ਰੰਗ ਕੱਚਾ ਰੰਗ ਹੁੰਦਾ ਕਸੂਮਬੜੇ ਦਾ ਰੰਗ ਦੇਖਣ ਨੂੰ ਬੜਾ ਇਹ ਹੁੰਦਾ ਚਮਕੀਲਾ ਜਿਹਾ ਚਮਕਦਾ ਬਹੁਤ ਹੈ ਹੱਥ ਨਾਲ ਲਾਏ ਕੁਸੁੰਬੜਾ ਜਲਦਾਸੀ ਢੋਲਾ ਜੀ ਤੁਸੀਂ ਹੱਥ ਲਾ ਲਿਆ ਤੇ ਚਿਕੜ ਹੋ ਜਾਂਦਾ ਜਿਹੜਾ ਚਮਕਦਾ ਸੀ ਨਾ ਜਿਹੜਾ ਹੱਥ ਲੱਗ ਗਿਆ ਨਾ ਚਿਕੜ ਹੋ ਜਾਂਦਾ ਖਤਮ ਹੋ ਜਾਂਦਾ ਰੰਗ ਪਾਣੀ ਪੈਣ ਤੇ ਲੈ ਜਾਂਦਾ ਹੈ ਲੈ ਜਾਂਦਾ ਨਾ ਹੁਣ ਕੱਚਾ ਰੰਗ ਦੀ ਤੁਸੀਂ ਦਸਤਾਰ ਬਨੋਗੇ ਤੇ ਸਾਡੇ ਤੁਹਾਡੇ ਸਾਰੇ ਕੱਪੜੇ ਖਰਾਬ ਹੋਣੇ ਪਾਣਗੇ ਗਿੱਲਾ ਗਿੱਲਾ ਲੱਗ ਪਾਣੀ ਲੱਗਿਆ ਨਹੀਂ ਤੇ ਸਾਰਾ ਰੰਗ ਲੱਗ ਜਾਣਾ ਕੱਪੜਾ ਮਜੀਠ ਦਾ ਮਾਇਆ ਦਾ ਰੰਗ ਕੱਚਾ ਤੇ ਨਾਮ ਦਾ ਰੰਗ ਪੱਕਾ ਹੈ। ਪ੍ਰਮਾਤਮਾ ਦੇ ਨਾਮ ਦਾ ਜਿਹੜਾ ਰੰਗ ਨੇ ਪੱਕਾ ਹੈ ਮੇਰੇ ਰਮਈਏ ਰੰਗ ਮਜੀਠ ਕਾ ਪੱਕਾ ਰੰਗ ਇਹ ਲੈਂਦਾ ਨਹੀਂ ਜੀ। ਜਿਹੜਾ ਪੱਕਾ ਰੰਗ ਹੁੰਦਾ ਨਾ ਕੱਪੜਾ ਕਈ ਵੇਰ ਕੱਪੜਾ ਪਾੜ ਜਾਂਦਾ ਪਰ ਰੰਗ ਨਹੀਂ ਲਾ ਸਕਦਾ। ਇਸੇ ਤਰ੍ਹਾਂ ਜਿਹੜਾ ਨਾਮ ਦਾ ਰੰਗ ਹੈ ਨਾ ਸਰੀਰ ਕੱਪੜਾ ਤੇ ਪਾੜ ਸਕਦਾ ਭਾਈ ਮਤੀਦਾਸ ਨੂੰ ਦੋ ਚੀਰ ਸਕਦੇ ਨੇ, ਦੋ ਹਿੱਸੇ ਕਰ ਸਕਦੇ ਨੇ ਪਰ ਨਾਮ ਦਾ ਰੰਗ ਨਹੀਂ ਲੈਂਦਾ। ਕਿ ਨਾਮ ਦਾ ਰੰਗ ਨਾਮਦ ਰੰਗ ਰਹਿਣੇ ਪੱਕਾ ਰੰਗ ਹੈ। ਰਾਮ ਰੰਗ ਕਦੇ ਉਤਰ ਨਾ ਜਾਏ। ਪੂਰਾ ਸਤਿਗੁਰ ਜਿਸ ਦੇ ਬਝਾਈ ਇਹ ਪੱਕਾ ਰੰਗ ਨਹੀਂ ਉਤਰਦਾ ਗੁਰੂ ਸਾਹਿਬ ਜੀ ਕਹਿੰਦੇ ਨੇ ਕਾਇਆ ਰੰਗਣ ਜੇ ਥੀਆ ਪਿਆਰੇ ਪਈਆ ਨਾਉ ਮਜੀਠ ਜੇ ਮਜੀਠ ਦਾ ਰੰਗ ਪਾ ਕੇ ਨਾਮ ਦੇ ਰੰਗ ਵਿੱਚ ਇਹ ਮਨ ਰੰਗਿਆ ਜਾਵੇ ਗੁਰੂ ਸਾਹਿਬ ਜੀ ਕਹਿੰਦੇ ਪੱਕਾ ਹੋ ਜਾਏਗਾ ਪਰ ਰੰਗੇਗਾ ਕੌਣ ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੀਟ ਉਹ ਜਿਹੜਾ ਰੰਗਣ ਵਾਲਾ ਪਰਮਾਤਮਾ ਲਲਾਰੀ ਜਿਹੜਾ ਸਭ ਤੋਂ ਵੱਡਾ ਉਹ ਆਪ ਕਿਰਪਾ ਕਰਕੇ ਜੇ ਸਾਡੇ ਮਨ ਨੂੰ ਰੰਗ ਦੇ ਨਾਮ ਦੇ ਵਿੱਚ ਬਾਣੀ ਦੇ ਵਿੱਚ ਜੋੜ ਦੇਵੇ ਤੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਐਸਾ ਰੰਗ ਜਿਹੜਾ ਫਿਰ ਨਹੀਂ ਦੇਖਣਾ ਲੱਭਣਾ ਐਸਾ ਰੰਗ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਹਿਬ ਸਿੰਘ ਤੇ ਗੁਰੂ ਨੇ ਚੜਿਆ ਉਹ ਜਿਹੜਾ ਰੰਗ ਲੱਭਣਾ ਕਿਤੇ ਉਹ ਜਿਹੜਾ ਰੰਗ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਲੱਭਣਾ ਜਿਹੜਾ 10-10 ਲੱਖ ਦੇ ਪ੍ਰਵਾਹ ਨਹੀਂ ਕਰਦੇ ਹਿੰਮਤ ਰੱਖਦੇ ਨੇ ਛੜਦੀ ਕਲਾ ਵਿੱਚ ਰਹਿੰਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਨ ਕੇ ਚੋਲੇ ਰਤੜੇ ਪਿਆਰੇ ਕੰਤ ਤ ਨ ਕਹ ਪਾਸ ਹੁਣ ਜਿਨਾਂ ਦੇ ਮਨ ਰੂਪੀ ਚੋਲੇ ਜਿਹੜੇ ਨਾਮ ਰੰਗ ਵਿੱਚ ਰੰਗੇ ਹੋਏ ਨੇ ਕਹਿੰਦੇ ਕੰਤ ਪਤੀ ਪਰਮਾਤਮਾ ਉਹਨਾਂ ਦੇ ਕੋਲ ਹੀ ਰਹਿੰਦਾ ਜੀ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਕਹਿੰਦੇ ਰੱਬ ਕਿੱਥੇ ਰਹਿੰਦਾ ਕਹਿੰਦੇ ਰਸਨਾ ਤੇ ਹਰ ਸਮੇਂ ਜਪਦੀ ਜਨ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਮੇ ਰਸਨਾ ਤੇ ਹੈ ਜੀਵਤਿਆ ਰਾਮ ਰਮਿਆ ਹੋਇਆ ਪ੍ਰਮਾਤਮਾ ਜਿਹੜਾ ਕਿਉਂਕਿ ਇਹ ਜੀਵ ਹਰ ਸਮੇਂ ਉਹਨੂੰ ਗਾਉਂਦੀ ਹੈ ਕਹਿੰਦੇ ਨੇ ਜਿਨ ਕੇ ਚੋਲੇ ਮਨ ਰੂਪੀ ਚੋਲੇ ਜੀ ਰੰਗੇ ਹੋਏ ਰਤੜੇ ਪਿਆਰੇ ਰੰਗੇ ਨਾਮ ਦੇ ਵਿੱਚ ਕੰਤਤਨਾ ਕੰਤ ਕਹਿੰਦੇ ਪ੍ਰਮਾਤਮਾ ਨੂੰ ਕਹਿੰਦੇ ਵਾਹਿਗੁਰੂ ਫਿਰ ਉਹਨਾਂ ਕੋਲ ਹੀ ਜੀ ਕੰਤਤਨਾ ਕੈ ਪਾਸ ਧੂੜ ਤਨਾ ਕੀ ਜੇ ਮਿਲੈ ਜੀ ਕਹੋ ਉਹ ਰੰਗੇ ਹੋਏ ਜਿਹੜੇ ਜਿਨ੍ਹਾਂ ਦੇ ਕੋਲ ਕੰਤ ਹੈ ਪਰਮਾਤਮਾ ਨਾਲ ਜੁੜੀ ਹੋਈ ਰੂਹਾਂ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਚਰਨਾਂ ਦੀ ਜੇ ਧੂੜ ਮਿਲ ਜੇ ਧੂੜ ਤਨਾ ਕੀ ਜੇ ਮਿਲੈ ਜੀ ਕਹੋ ਇਹ ਆਤਮਾ ਨੂੰ ਤੇ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਕੀ ਅਰਦਾਸ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸਾਡੀ ਅਰਦਾਸ ਹੈ ਕਿ ਉਹ ਜੇ ਰੰਗਿਆ ਹੋਇਆ ਰੂਹਾਂ ਬੰਦਗੀ ਵਾਲਿਆਂ ਦੇ ਚਰਨ ਧੂੜ ਮਿਲ ਜੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਗੁਰੂ ਸਾਹਿਬ ਜੀ ਕਹਿੰਦੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਗੁਰੂ ਸਾਹਿਬ ਜੀ ਕਹਿੰਦੇ ਇਹ ਰੰਗ ਆਪਣੇ ਆਪ ਨਹੀਂ ਲੱਗਣਾ ਜਿੰਨਾ ਮਰਜੀ ਕੋ ਯਤਨ ਕਰੇ ਸਾਜਣ ਵਾਲਾ ਵੀ ਉਹ ਤੇ ਰੰਗਣ ਵਾਲਾ ਵੀ ਪ੍ਰਮਾਤਮਾ ਉਹੀ ਇੱਕੋ ਹੀ ਹੈ ਆਪੇ ਸਾਜੇ ਉਹ ਆਪ ਹੀ ਸਾਜਦਾ ਤੇ ਆਪ ਹੀ ਰੰਗਦਾ ਅਸੀਂ ਤਾਂ ਬੇਨਤੀਆਂ ਕਰ ਸਕਦੇ ਹਾਂ ਨਾ ਕਿਰਪਾ ਮੰਗ ਸਕਦੇ ਹਾਂ ਆਪੇ ਸਾਜੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਆਪ ਹੀ ਮੇਰ ਦੀ ਨਜ਼ਰ ਕਰਕੇ ਕਿਰਪਾ ਕਰਦੇ ਐ ਨਾਨਕ ਕਾਮਣ ਕੰਤਾ ਭਾਵੈ ਕਹਿੰਦੇ ਉਹ ਜੀਵ ਰੂਪ ਇਸਤਰੀ ਜਿਹੜੀ ਕੰਤ ਨੂੰ ਪਿਆਰੀ ਲੱਗਦੀ ਐ ਫਿਰ ਪਾ ਜਾਂਦੀ ਐ ਜਿਹੜੇ ਸੇਵਾ ਬੰਦਗੀ ਉਹਦੇ ਹੁਕਮ ਰਜਾ ਵਿੱਚ ਰਹਿ ਕੇ ਜਿਹੜੇ ਨੂੰ ਪਾ ਜਾਂਦੀ ਚੰਗੇ ਲੱਗ ਲੱਗਦੇ ਨੇ ਆਪੇ ਹੀ ਰਾਵੇ ਆਪ ਫਿਰ ਉਹਨਾਂ ਤੇ ਬਖਸ਼ਿਸ਼ ਕਰਦਾ ਐ ਆ ਮੇਰ ਦੀ ਨਜ਼ਰ ਕਰਕੇ ਉਹਨੂੰ ਆਪਣੇ ਬਣਾ ਲਿੰਦਾ ਆਪਣੇ ਗੱਲਾਂ ਲਾ ਲਿੰਦਾ ਨਾਨਕ ਨਦਰੀ ਨਦਰ ਨਿਹਾਲ ਕਰ ਦਿੰਦਾ ਪਰਮਾਤਮਾ ਵਾਹਿਗੁਰੂ ਉਹਨਾਂ ਨੂੰ ਸਤਿਗੁਰ ਸਾਹਿਬ ਜੀ ਕਿਰਪਾ ਕਰਨ ਇਹ ਪਾਵਨ ਸ਼ਬਦ ਸਾਡੇ ਹਿਰਦਿਆਂ ਵਿੱਚ ਵਸੇ ਸਾਡੇ ਹੋ ਜਾਣ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੀ ਦੀ ਦਾਤ ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਸੁਬਿੰਤੀ ਹੈ ਕਿ ਗੁਰੂ ਸਾਹਿਬ ਜਿੰਨ ਕੇ ਦਿਨ ਮਨਾਤੇ ਉਸ ਕੀ ਵਖਤ ਵੀ ਮਨ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਿਨ ਮਨਾ ਰਹੇ ਹੋ ਪ੍ਰਕਾਸ਼ ਗੁਰਪ੍ਰਬ ਮਨਾ ਰਹੇ ਹੋ ਉਹਨਾਂ ਦੀ ਬਾਤ ਵੀ ਮੰਨੀਏ ਗੁਰਮਖੋ ਜਿਨ੍ਹਾਂ ਨੇ ਕਿਹਾ ਸੀ ਬਿਨਾਂ ਸਾਸਤਰਿਕ ਤੇਗ ਦੇ ਉਹਨਾਂ ਦਾ ਆਧਾਰ ਹੈ ਫਿਰ ਅਸੀਂ ਸਾਸਤਰਤਾਰੀ ਹੋਈਏ ਫਿਰ ਅਸੀਂ ਕੇਸ ਰੱਖੀਏ ਗੁਰੂ ਨੂੰ ਚੰਗੇ ਲੱਗਦੇ ਨੇ ਗੁਰੂ ਦੀ ਮੋਹ ਤੇ ਗੁਰੂ ਕੀ ਬਾਣੀ ਨਾਲ ਜੁੜੀਏ ਤਾਂ ਉਹਨੂੰ ਚੰਗੇ ਲੱਗਾਂਗੇ ਉਹਦੀ ਖੁਸ਼ੀ ਤਾਂ ਮਿਲਣੀ ਹੈ ਉਹਨੀਆਂ ਸਾਨੂੰ ਪੁੱਤ ਬਣਾਇਆ ਆਪਣੇ ਉਨੇ ਆਪਣੇ ਪੁੱਤ ਬਾਰੇ ਤੁਹਾਡੇ ਨੂੰ ਇਹਨਾਂ ਪੁੱਤਰ ਨੇ ਕੀ ਅਸੀਸ ਪਰਵਾਰ ਦੀਏ ਸੁਤਚਾਰ ਕਿ ਕਿਦੇ ਤੋਂ ਬਾਰੇ ਕਿਤੇ ਰਾਜਪੱਗ ਚਾਹੀਦਾ ਕੋ ਜਮੀਨ ਦਾ ਟੁਕੜਾ ਚਾਹੀਦਾ ਨਹੀਂ 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 ਸਿਰਫ ਤੁਹਾਡੇ ਨੂੰ ਤੁਹਾਨੂੰ ਆਪਣੇ ਬਣਾਇਆ ਤੇ ਫਿਰ ਅਸੀਂ ਉਹਦੇ ਨਾਂ ਬਣੀਆਂ ਤੇ ਫਿਰ ਸਾਡੇ ਤੇ ਖੁਸ਼ ਹੋ ਜਾਣਗੇ ਕਿ ਉਹਦੀ ਖੁਸ਼ੀ ਮਿਲ ਜੇਗੀ ਸਾਨੂੰ ਖੁਸ਼ੀ ਲੈਣ ਦਾ ਇਹੀ ਇੱਕ ਤਰੀਕਾ ਗੁਰੂ ਸਾਹਿਬ ਜੀ ਉਹਦੀ ਬਾਣੀ ਨਾਲ ਜੁੜ ਚੋ ਬਾਣੀ ਨਾਲ ਜੁੜੋ ਰਤ ਮਰਜਾਦਾ ਵਿੱਚ ਪਰਪੱਕ ਹੋ ਉਹਦੀ ਖੁਸ਼ੀ ਆਪਣੇ ਆਪ ਹੀ ਮਿਲ ਜਾਣੀ ਉਹਨੇ ਆਪ ਹੀ ਤੁਹਾਡੇ ਤੇ ਦਿਆਲੀ ਹੋ ਜਾਣਾ ਵੀ ਆਹ ਮੇਰਾ ਸਾਬ ਜਦਾਜੀਤ ਸਿੰਘ ਆਹ ਮੇਰਾ ਜੁਝਾਰ ਸਿੰਘ ਆਹ ਮੇਰਾ ਜੋਰਾਵਰ ਸਿੰਘ ਆ ਮੇਰਾ ਫਤਿਹ ਸਿੰਘ ਉਸ ਰੂਪ ਵਿੱਚ ਆਓ ਨਾ ਉਸ ਸਿਧਾਂਤਾਂ ਨੂੰ ਅਪਣਾਓ ਗੁਰੂ ਸਾਹਿਬ ਜੀ ਕਿਰਪਾ ਕਰਨ ਇਹਨਾਂ ਕਬੀਨਤੀਆਂ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸਾਹਿਬਾਨ ਦਾ ਧੰਨਵਾਦ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਅਖੀਰ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ ਆਪੇ ਸਾਜਿ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤਿ ਭਾਵੈ ਆਪੇ ਹੀ 라ਵੇ